ਨਮਸਕਾਰ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਹੈਲੋ ਗਲੋਬਲ ਪੰਜਾਬ ਸ਼ੋਅ 'ਚ ਨੌਰਥ ਅਮਰੀਕਾ ਦੇ ਗਲੋਬਲ ਪੰਜਾਬ ਟੀਵੀ ਅਤੇ ਕੈਨੇਡਾ ਦੇ ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਉੱਤਰੀ ਅਮਰੀਕਾ ਦੌਰੇ ਦੀ। ਬਾਕੀ ਪਾਰਟੀਆਂ ਦੇ ਲੀਡਰ ਵੀ ਬਾਹਰ ਵਸਦੇ ਪੰਜਾਬੀਆਂ ਨੂੰ ਆਪਣੇ ਹੱਕ 'ਚ ਕਰਨ ਵਾਸਤੇ ਉਹਨਾਂ ਮੁਲਕਾਂ 'ਚ ਲਗਾਤਾਰ ਪਹੁੰਚ ਕਰ ਰਹੇ ਨੇ। ਇਸ ਕੋਸ਼ਿਸ਼ ਦੇ ਕੀ ਨਤੀਜੇ ਨਿਕਲਣ ਦੀ ਆਸ ਹੈ, ਇਹ ਮਸਲਾ ਆਪਾਂ ਅੱਜ ਵਿਚਾਰਾਂਗੇ, ਇਹਦੇ 'ਤੇ ਆਪਾਂ ਅੱਜ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਇੱਕ ਵਾਰ ਫਿਰ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਪੈਸਿਫਿਕ ਟਾਈਮ ਮੁਤਾਬਿਕ, ਯਾਨੀ ਕੈਲੀਫੋਰਨੀਆ, ਬ੍ਰਿਟਿਸ਼ ਕੋਲੰਬੀਆ ਇਲਾਕਿਆਂ 'ਚ ਸ਼ਾਮ 5:30 ਅਤੇ ਈਸਟਰਨ ਟਾਈਮ ਮੁਤਾਬਿਕ, ਯਾਨੀ ਨਿਊਯਾਰਕ, ਨਿਊਜਰਸੀ ਅਤੇ ਟੋਰੋਂਟੋ ਇਲਾਕਿਆਂ 'ਚ ਸ਼ਾਮੀ 8:00 ਮੰਡੇ ਤੋਂ ਫਰਾਈਡੇ ਲਾਈਵ ਦੇਖ ਸਕਦੇ ਹੋ ਅਤੇ ਇਹਦੇ 'ਚ ਹਿੱਸਾ ਲੈ ਸਕਦੇ ਜੇ। ਭਾਰਤੀ ਸਮੇਂ ਅਨੁਸਾਰ ਯਾਨੀ ਇੰਡੀਅਨ ਟਾਈਮ ਮੁਤਾਬਕ ਇਹ ਸ਼ੋਅ ਸਵੇਰੇ 6 to 7 ਲਾਈਵ ਹੁੰਦਾ। ਹੁਣ ਆਉਂਦੇ ਹਾਂ ਅੱਜ ਦੇ ਮਸਲੇ 'ਤੇ। ਆਪਦੇ ਲੀਡਰ ਅਤੇ ਦਿੱਲੀ ਦੇ ਵਕੀਲ ਜਿਹੜੇ ਆ HS ਫੂਲਕਾ, ਜਿਨ੍ਹਾਂ ਲੁਧਿਆਣੇ ਤੋਂ ਪਿਛਲੀ ਲੋਕ ਸਭਾ ਚੋਣ ਲੜੀ ਸੀ, ਕਾਮਯਾਬੀ ਤਾਂ ਨਹੀਂ ਮਿਲੀ ਉਹਨਾਂ ਨੂੰ, HS ਫੂਲਕਾ ਇਹ ਇੱਕ ਤਰੀਕੇ ਨਾਲ ਵਰਲਡ ਟੂਰ 'ਤੇ ਨੇ, ਇਸ ਵੇਲੇ ਆਉਣ ਵਾਲੀ ਆ ਵਾਪਸ। ਉਹਨਾਂ ਦਾ ਬਹੁਤੀਆਂ ਥਾਵਾਂ 'ਤੇ ਕਾਫੀ ਨਿੱਘਾ ਸਵਾਗਤ ਹੋਇਆ। ਇਸ ਵੇਲੇ ਸੁਖਪਾਲ ਸਿੰਘ ਖਹਿਰਾ, ਪਹਿਲਾਂ ਜਿਹੜੇ ਕਾਂਗਰਸ ਸੀ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆ, ਉਹ ਅਮਰੀਕਾ ਗਏ ਹੋਏ ਆ। ਪਿੱਛੇ ਜਿਹਾ ਸੁੱਚਾ ਸਿੰਘ ਛੋਟੇਪੁਰ ਯੂਰਪ ਹੋ ਕੇ ਆਏ ਨੇ। ਇਸ ਤੋਂ ਪਹਿਲਾਂ ਭਗਵੰਤ ਮਾਨ ਆਸਟ੍ਰੇਲੀਆ ਦਾ ਦੌਰਾ ਕਰਕੇ ਆਏ ਸਨ। ਕਾਂਗਰਸ ਦੀ ਕੋਸ਼ਿਸ਼ ਹੈ ਕਿ ਬਾਹਰ ਵਸਦੇ ਪੰਜਾਬੀਆਂ ਨਾਲ ਸਿੱਧਾ ਜਿਹੜਾ ਰਾਬਤਾ ਵਾ ਉਹ ਕਾਇਮ ਕੀਤਾ ਜਾ ਸਕੇ। ਅਮਰਿੰਦਰ ਸਿੰਘ ਉਹਨਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਆ। ਇਸ ਤੋਂ ਪਹਿਲਾਂ ਉਹਨਾਂ ਦੀ ਵਾਈਫ, ਉਹਨਾਂ ਦੇ ਘਰੋਂ ਅਤੇ ਪਟਿਆਲਾ MLA ਪ੍ਰਨੀਤ ਕੌਰ, ਉਹ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਗਏ। ਉਹਨਾਂ ਨੇ ਉੱਥੋਂ ਦਾ ਦੌਰਾ ਕੀਤਾ। ਪ੍ਰਨੀਤ ਕੌਰ ਸ਼ਾਇਦ ਇਹ ਵੀ ਕਹਿ ਰਿਹਾ ਵੀ ਉਹ ਇੰਗਲੈਂਡ ਵੀ ਇਸ ਤੋਂ ਬਾਅਦ ਜਾਣਗੇ। ਕੈਪਟਨ ਅਮਰਿੰਦਰ ਸਿੰਘ ਦਾ ਅਕਾਲੀ ਦਲ ਲੀਡਰਾਂ ਵਰਗਾ ਵਿਰੋਧ ਤਾਂ ਸ਼ਾਇਦ ਨਾ ਹੋਵੇ, ਪਰ ਉਹਨਾਂ ਨੂੰ ਬਹੁਤ ਥਾਵਾਂ 'ਤੇ ਔਖੇ ਸਵਾਲਾਂ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ। ਜਿਵੇਂ ਉਹਨਾਂ ਨੇ ਕੌਫੀ ਵਿਦ ਕੈਪਟਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਨਾ ਇੱਥੇ, ਯੂਥ ਦੇ ਨਾਲ ਡਾਇਲੋਗ ਜਿਹੜਾ, ਉੱਥੇ ਵੀ ਉਹਨਾਂ ਨੂੰ ਬਹੁਤ ਔਖੇ ਸਵਾਲਾਂ ਦਾ ਜਵਾਬ ਦੇਣਾ ਪੈ ਰਿਹਾ। ਲੋਕ ਉਹਨਾਂ ਨੂੰ ਉੱਥੇ ਪੁੱਛ ਸਕਦੇ ਆ ਕਿ ਉਹਨਾਂ ਨੇ ਆਪਣੀ ਕਾਂਗਰਸ ਸਰਕਾਰ ਵੇਲੇ ਪੰਜਾਬ 'ਚ ਕੀ ਨੀਤੀ ਅਪਣਾਈ, ਕੀ ਕੁਝ ਕੀਤਾ। 2-3 ਗੱਲਾਂ ਦੇ ਵਿੱਚ ਉਹਨਾਂ ਕੋਲ ਪੋਜ਼ਿਟਿਵ ਗੱਲਾਂ ਵੀ ਹਨ, ਲੇਕਿਨ ਬਾਕੀ ਲੋਕ ਵੀ ਪੁੱਛ ਸਕਦੇ ਵੀ ਭ੍ਰਿਸ਼ਟਾਚਾਰ ਵਰਗੇ ਮਸਲਿਆਂ 'ਤੇ ਤੁਸੀਂ ਕੀ ਕੀਤਾ। ਲੋਕ ਉਹਨਾਂ ਨੂੰ 1984 'ਚ ਹੋਏ ਆਪਰੇਸ਼ਨ ਬਲੂ ਸਟਾਰ ਬਾਰੇ ਵੀ ਪੁੱਛ ਸਕਦੇ ਆ। 1984 'ਚ ਦਿੱਲੀ 'ਚ ਸਿੱਖਾਂ ਖਿਲਾਫ਼ ਹੋਈ ਹਿੰਸਾ ਕਰਕੇ ਵੀ ਲੋਕਾਂ 'ਚ ਬੇਹੱਦ ਰੋਸ ਆ। ਅਮਰਿੰਦਰ ਸਿੰਘ ਨੇ ਜਗਦੀਸ਼ ਟਾਈਟਲਰ ਵਰਗੇ ਲੀਡਰਾਂ ਨੂੰ ਕਲੀਨ ਚਿੱਟ ਦੇ ਕੇ ਲੋਕਾਂ ਦਾ ਜਿਹੜਾ ਸੀ ਗੁੱਸਾ ਹੋਰ ਵਧਾਇਆ ਸੀ। ਸੋ ਹੋ ਸਕਦਾ ਹੈ ਕਿ ਅਮਰਿੰਦਰ ਸਿੰਘ ਦਾ ਉੱਤਰੀ ਅਮਰੀਕਾ ਦਾ ਦੌਰਾ ਬਹੁਤਾ ਸੁਖੇਵਾਂ ਨਾ ਹੋਵੇ, ਕੁਝ ਔਖੇ ਸਵਾਲਾਂ ਦਾ ਉਹਨਾਂ ਨੂੰ ਜਵਾਬ ਦੇਣਾ ਪਏ। ਤੁਹਾਨੂੰ ਕੀ ਲੱਗਦਾ ਕਿ ਬਾਹਰ ਵਸਦੇ ਪੰਜਾਬੀ ਤੁਸੀਂ ਸਾਰੇ ਇਸ ਦੌਰੇ ਤੋਂ ਬਾਅਦ ਕਾਂਗਰਸ ਪ੍ਰਤੀ ਆਪਣਾ ਰਵੱਈਆ ਬਦਲ ਸਕਦੇ ਹੋ? ਇਹ ਵੀ ਦੱਸੋ ਕਿ ਬਾਹਰ ਵਸਦੇ ਪੰਜਾਬੀਆਂ ਦਾ ਪੰਜਾਬ ਦੀ ਰਾਜਨੀਤੀ ਅਤੇ ਵੋਟਾਂ ਉੱਤੇ ਕਿੰਨਾ ਕੁ ਅਸਰ ਪੈਂਦਾ? ਅਸੀਂ ਤੁਹਾਡੇ ਵਿਚਾਰ ਵੀ ਸਾਂਝੇ ਕਰਨੇ ਚਾਹੁੰਦੇ ਹਾਂ। ਕੁਝ ਸੱਜਣ ਆਲਰੇਡੀ ਜੁੜ ਗਏ ਆ, ਦੇਖਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸੰਤ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸ਼ੇਰਗਿੱਲ ਬੋਲਦਾ, ਲਾਸ ਏਂਜਲਸ ਤੋਂ। ਹਾਂਜੀ ਹਾਂਜੀ ਸ਼ੇਰਗਿੱਲ ਜੀ। ਹਾਂਜੀ ਸੰਧੂ ਸਾਹਿਬ, ਪਹਿਲਾਂ ਵੀ ਜਦੋਂ NRI ਜੋ ਪਹਿਲਾਂ ਵੀ ਪਾਰਟੀਆਂ, ਅੱਜ ਤੋਂ ਜਦੋਂ 10-15 ਸਾਲ ਪਹਿਲਾਂ ਜਾਂ ਉਦੋਂ ਵੀ ਇਹ ਪਾਰਟੀਆਂ, ਸਿਆਸੀ ਪਾਰਟੀਆਂ ਸਾਰੀਆਂ ਬਾਹਰ ਆਉਂਦੀਆਂ ਸੀ, ਉਦੋਂ ਮਕਸਦ ਹੋਰ ਹੁੰਦਾ ਸੀ ਵੀ ਖਾਸ ਕਰਕੇ ਜਿਹੜਾ ਇਕਨੋਮਿਕਲੀ ਜਿਹੜਾ ਪੈਸੇ ਤੌਰ 'ਤੇ ਮਨੀ ਵਾਈਜ਼ ਜ਼ਿਆਦਾ ਲੈਂਦੇ ਸੀ। ਰਾਈਟ। ਪਰ ਜਦੋਂ ਦੀ ਆਪ ਹੋਂਦ 'ਚ ਆਈ ਹੈ, 4 ਉਮੀਦਵਾਰ ਆਪ ਦੇ ਜਿੱਤੇ ਜਾਂ ਦਿੱਲੀ ਦੇ ਵਿੱਚ ਆਪ ਜਿੱਤੀ ਹੈ, ਉਦੋਂ ਤੋਂ ਲੈ ਕੇ ਮੇਰਾ ਖਿਆਲ ਹੈ ਸਾਰੀਆਂ ਸਿਆਸੀ ਪਾਰਟੀਆਂ ਨੇ ਇਹ ਮਨ ਧਾਰ ਲਿਆ ਵੀ ਆਹ ਜਿਹੜੇ NRIs ਹੈ, ਪੈਸੇ ਦੇ ਨਾਲ ਨਾਲ ਇਹਨਾਂ ਦੀ ਜਿਹੜੀ ਮੋਰਲ ਸਪੋਰਟ ਜਾਂ ਇਹਨਾਂ ਦੀ
ਜਿਹੜਾ ਭਾਈਚਾਰਾ ਜਾਂ ਇਹਨਾਂ ਦੀ ਸਹਿਮਤੀ ਹੈ ਇਹਦੇ ਹੀ ਬਹੁਤ ਜ਼ਰੂਰੀ ਹੈ। ਸੋ ਇਸੇ ਕਰਕੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਹੈ ਇੱਧਰ ਨੂੰ ਬੀਹਰਾਂ ਘੱਟ ਰਹੇ ਆ, ਹਾਲਾਂਕਿ ਹਜੇ ਤਾਂ 8-9 ਮਹੀਨੇ ਪਏ ਆ ਪਰ ਪਹਿਲਾਂ ਹੀ ਆ ਰਹੇ ਆ ਤਾਂ ਕਿ ਇੱਥੋਂ ਦੀ ਸਹਿਮਤੀ ਅਤੇ ਇੱਥੋਂ ਦੀ ਜਿਹੜੀ ਖਾਸ ਕਰਕੇ ਵਿਚਾਰ ਲਏ ਜਾਣ। ਜੇ ਇੱਥੋਂ ਦੀ ਸਹਿਮਤੀ ਮਿਲਦੀ ਹੈ, ਜੇ 50 ਲੱਖ ਜਾਂ NRI ਬਾਹਰ ਵੱਸਦੇ ਇਹਨਾਂ ਦਾ ਮਤਲਬ ਇਹ ਆ ਬਹੁਤ ਵਧੀਆ ਯੋਗਦਾਨ ਪਾ ਸਕਦੇ ਆ। ਇਸੇ ਕਰਕੇ ਮੇਰੇ ਖਿਆਲ ਇਸੇ ਰੌਂ 'ਚੋਂ ਹੀ ਜਿਵੇਂ ਸੁਖਪਾਲ ਸਿੰਘ ਖਹਿਰਾ ਵੀ ਹੁਣੀ ਵੀ ਆਏ ਹੋਏ ਆ ਜਾਂ ਹੁਣ ਕੈਪਟਨ ਸਾਹਿਬ ਹੁਣੀ ਆਏ ਆ, ਪਰ ਮੇਰਾ ਖਿਆਲ ਆ ਵੀ ਕੈਪਟਨ ਸਾਹਿਬ ਉਹਨਾਂ ਨੂੰ ਜ਼ਰੂਰ, ਕਿਉਂਕਿ ਕਾਂਗਰਸ ਦੇ ਸਿਰ ਇੱਕ ਵੱਡਾ ਕਾਰਨ ਆ ਵੀ ਜਿਹੜਾ 84 ਵਾਲਾ ਹਰਿਮੰਦਰ ਸਾਹਿਬ 'ਤੇ ਹਮਲਾ ਜਾਂ 83 ਦੰਗੇ, ਉਹ ਸਵਾਲ ਦਾ ਜਵਾਬ ਦੇਣਾ ਕਾਫੀ ਹਾਰਡ ਹੋਊਗਾ। ਬਾਕੀ ਜਿਵੇਂ ਕਾਲੀਆਂ ਨਾ ਹੋਈ ਆ ਉਮੀਦ ਆ ਉਹਨਾਂ ਨਹੀਂ ਹੋਊਗਾ, ਕਿਉਂਕਿ ਹਰਿਮੰਦਰ ਕੈਪਟਨ ਦੇ ਥੋੜ੍ਹੀ ਜਿਹੀ ਛਵੀ ਜਿਵੇਂ ਪਾਣੀਆਂ ਦਾ ਮਤਲਬ ਮਸਲਾ ਹੱਲ ਕੀਤਾ ਜਾਂ ਉਹਨਾਂ ਦੇ ਰਾਜ ਮੌਕੇ ਜਾਂ ਕਿਸਾਨਾਂ ਨੂੰ ਨਹੀਂ ਪ੍ਰੋਬਲਮ ਆਈਆਂ ਮੰਡੀਕਰਨ ਕੰਨੀਓ ਜਾਂ ਭ੍ਰਿਸ਼ਟਾਚਾਰ ਨੇ ਬਾਹਲਾ ਮੂੰਹ ਨਹੀਂ ਖੋਲਿਆ ਸੀ, ਜਿਵੇਂ ਨਸ਼ਾ ਨਹੀਂ ਬਾਹਲਾ ਵਧਿਆ ਸੀ ਉਦੋਂ। ਇਸ ਕਰਕੇ ਮੇਰਾ ਖਿਆਲ ਉਹਨਾਂ ਨਹੀਂ ਹੋਊਗਾ, ਫਾਇਦਾ ਜ਼ਰੂਰ ਹੋਊਗਾ। ਕਿੰਨਾ ਕੁ ਇਹ ਅਸਰ ਸੂਕ ਰੱਖ ਜਾਂਦੇ ਆ, ਨਾਲ ਜੋੜ ਜਾਂਦੇ ਆ, ਉਹਨਾਂ ਦੀ ਸਹਿਮਤੀ ਕਰ ਜਾਂਦੇ ਆ, ਡਿਪੈਂਡ ਇਸੇ 'ਤੇ ਕਰਦਾ। ਸ਼ੇਰਗਿੱਲ ਜੀ, ਮੈਂ ਤੁਸੀਂ ਸ਼ਾਇਦ ਭੁੱਲ ਗਏ, ਤੁਸੀਂ ਬਾਕੀ ਕਿਹਾ ਵੀ ਜਿਵੇਂ ਹੁਣ ਆਮ ਆਦਮੀ ਪਾਰਟੀ ਨਾਲ NRI ਜੁੜੇ ਆ, ਤੁਹਾਨੂੰ ਯਾਦ ਹੋਊਗਾ ਜਦੋਂ PPP ਦੇ ਲੀਡਰ ਜਿਹੜੇ ਮਨਪ੍ਰੀਤ ਬਾਦਲ ਜਦੋਂ ਉਹ ਨਾਰਥ ਅਮਰੀਕਾ ਗਏ ਸੀ, ਉਹਨਾਂ ਨੂੰ ਵੀ ਉੱਥੇ ਬਹੁਤ ਚੰਗਾ ਹੁੰਗਾਰਾ ਮਿਲਿਆ ਸੀ। ਹਾਂਜੀ ਸੰਧੂ ਸਾਹਿਬ, ਬਿਲਕੁਲ ਤੁਹਾਡੀ ਗੱਲ ਸਹੀ ਹੈ, ਕਿਉਂਕਿ ਉਹਨਾਂ ਨੇ ਵੀ ਸੰਧੂ ਸਾਹਿਬ ਇਹੀ ਨਾਰਾ ਦੇ ਕੇ ਤੋਰਿਆ ਸੀ ਉੱਥੋਂ ਜਦੋਂ ਖੜਖੜ ਕਲਾਂ ਤੋਂ ਵੀ ਆਪੇ ਅਸੀਂ ਕਿਹੋ ਜਿਹਾ ਸਾਡਾ ਕਾਰਜਕਾਲ ਹੋਊਗਾ ਜੇ ਸਾਡੀ ਪਾਰਟੀ ਜਿੱਤਦੀ ਹੈ ਤਾਂ। ਪਰ ਉਦੋਂ ਲੋਕਾਂ ਨੂੰ ਆਸ ਜਾਗੀ ਸੀ ਵੀ ਇੱਕ ਚੇਂਜ ਆ ਰਹੀ ਹੈ, ਚੇਂਜ ਦਾ ਇੱਕ ਉਹਨਾਂ ਦਾ ਭਾਸ਼ਣ 'ਚ ਥੋੜ੍ਹੀ ਜਿਹੀ ਉਹ ਇਮਾਰਤਾਂ ਵੀ ਰੱਖਦੇ ਆ, ਜਵਾਨ ਦੇ ਧਨੀ ਵੀ ਆ, ਬੋਲਣ 'ਚ ਵੀ ਜ਼ਿਆਦਾ ਸ਼ੌਹਰਤ ਰੱਖਦੇ ਆ। ਇਸ ਕਰਕੇ ਉਹਨਾਂ ਮਗਰ ਲਗਾ ਬਹੁਤ ਲੱਗਾ ਸੀ, ਬਹੁਤ ਲੋਕਾਂ ਦਾ ਲਗਾ ਸੀਗਾ, ਆਸ ਵੀ ਸੀਗੀ ਜਿਵੇਂ ਹੁਣ ਆਮ ਆਦਮੀ ਤੋਂ। ਪਰ ਉਹਨਾਂ ਨੂੰ ਬਾਅਦ 'ਚ ਇੱਥੋਂ ਨਾਂਕਾ ਪੰਜਾਬ ਦੀ ਕਾਰਨ ਇਹੀ ਹੋਇਆ ਕਿ ਉਹਨਾਂ ਦੇ ਆਪਦੇ ਹੀ ਬੰਦੇ ਕੋਈ ਬਾਹਲੇ ਫਾਇਦੇਮੰਦ ਸਿੱਧ ਨਹੀਂ ਹੋਏ, ਜਿਹੜੇ ਨਾਲ ਛੱਡ ਗਏ ਸੀ ਉਹ ਇਕੱਲੇ ਹੀ ਰਹਿ ਗਏ। ਇਸ ਕਰਕੇ ਅਸਰ ਹੋਇਆ, ਇਹ ਬਾਹਰ ਜ਼ਰੂਰ ਕਿਹੜਾ ਇਕੱਠ ਜ਼ਰੂਰ ਹੁੰਦਾ ਪਰ ਆਪ ਦਾ ਕਿਉਂਕਿ ਹੋਂਦ ਹੋ ਰਿਹਾ, ਉਹਨਾਂ ਕੋਲ ਤਜਰਬਾ, 2017 ਦੀਆਂ ਚੋਣਾਂ ਵੀ ਜਿੱਤੇ ਆ ਅਤੇ ਪੰਜਾਬ ਦੇ 4 MP ਵੀ ਹੈ ਅਤੇ ਉਹਨਾਂ ਦੀ ਸੇਧ ਆ ਅਤੇ ਇਹਨਾਂ ਦੀ ਸੇਧ ਆ, ਮੇਰੇ ਖਿਆਲ ਥੋੜ੍ਹਾ ਜਿਹਾ ਫਰਕ ਹੈ। ਉਹਨਾਂ ਨੂੰ ਫਿਰ ਇਹ ਵੀ ਸੇਧ ਮਿਲਦੇ ਸੀ ਕਿ ਬਾਦਲ ਘਰਾਣੇ 'ਚੋਂ ਹੀ ਹੈ, ਅਮੀਰ ਘਰਾਣੇ 'ਚੋਂ ਹੈ, ਉਵੇਂ ਨਹੀਂ ਉਹਨਾਂ ਨੂੰ ਉਸ ਮਤਲਬ ਉਹਨਾਂ ਹੰਗਾਰਾ ਨਹੀਂ ਮਿਲਿਆ ਸੀ। ਜੀ ਮਿਹਰਬਾਨੀ ਮਿਹਰਬਾਨੀ ਸ਼ੇਰਗਿੱਲ ਜੀ, ਬਿਲਕੁਲ ਸਹੀ ਤੁਸੀਂ ਐਨਾਲਿਸਿਸ ਕੀਤਾ ਵਾ। ਬਾਕੀ ਸੱਜਣ ਜਿਹੜੇ ਆ ਉਹ ਤੁਹਾਡੇ ਐਨਾਲਿਸਿਸ ਨਾਲ ਸਹਿਮਤ ਨੇ ਕਿ ਨਹੀਂ ਇਹ ਦੇਖਦੇ ਹਾਂ। ਇੱਕ ਹੋਰ ਸੱਜਣ ਸਾਡੇ ਨਾਲ ਇਸ ਵੇਲੇ ਜੁੜੇ ਆ, ਦੇਖਦੇ ਹਾਂ ਉਹਨਾਂ ਦੀ ਕੀ ਦ੍ਰਿਸ਼ਟੀਕੋਣ ਹੈ ਇਸ ਮਸਲੇ 'ਤੇ। ਹੈਲੋ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਅਸੀਂ ਵਿਨੀਪੈਗ ਤੋਂ ਬੋਲਦੇ ਹਾਂ ਜੀ। ਵਿਨੀਪੈਗ ਤੋਂ ਕੌਣ ਬੋਲ ਰਹੇ ਜੀ? ਅਸੀਂ ਰਾਜਦੀਪ ਬੋਲਦੇ ਹਾਂ ਜੀ। ਰਾਜਦੀਪ, ਹਾਂਜੀ ਰਾਜਦੀਪ, ਪਹਿਲੀ ਵਾਰੀ ਕਾਲ ਕਰ ਰਹੇ? ਹਾਂਜੀ ਹਾਂਜੀ ਪਹਿਲੀ ਵਾਰੀ ਕਾਲ ਕਰੇ ਜੀ, ਪਹਿਲਾਂ ਲੱਗ ਨਹੀਂ ਸੀ ਕਾਲ, ਬਹੁਤ ਟ੍ਰਾਈ ਮਾਰਦੇ ਸੀ। ਓਕੇ ਓਕੇ। ਰਾਜਦੀਪ ਦੱਸੋ ਤੁਹਾਡੇ ਕੀ ਵਿਚਾਰ ਹੈ? ਅਸੀਂ ਗੱਲ ਕਰ ਰਹੇ ਹਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਤੁਹਾਡੇ ਉੱਥੇ ਨਾਰਥ ਅਮਰੀਕਾ ਆਏ ਆ, ਕੀ ਲੱਗਦਾ ਵਾ ਇਹਦੇ ਨਾਲ ਲੋਕ ਜਿਹੜੇ NRIs ਆ ਬਾਹਰ ਵਾਸਤੇ ਪੰਜਾਬੀ ਆ, ਤੁਸੀਂ ਸਾਰੇ ਕਾਂਗਰਸ ਨਾਲ ਇਨਫਲੂਐਂਸ ਹੋ ਕੇ ਜੁੜ ਸਕਦੇ ਜੇ ਜਾਂ ਤੁਸੀਂ ਹਾਲੇ ਵੀ ਆਪ ਦੀ ਜਾਂ ਕਿਸੇ ਹੋਰ ਪਾਰਟੀ ਦੀ ਹਮਾਇਤ ਕਰਦੇ ਜੇ? ਵੀਰ ਜੀ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਦਿੰਦੇ ਕਿ ਤੁਸੀਂ ਆਮ ਪਾਰਟੀ 'ਚ ਆ ਗਏ ਹੋ। ਮਿਹਰਬਾਨੀ ਮਿਹਰਬਾਨੀ ਜੀ ਜੀ। ਅਸੀਂ ਵੀ ਆਮ ਪਾਰਟੀ ਦੇ ਬੰਦੇ ਹਾਂ, ਜਿੰਨੇ ਮਰਜ਼ੀ ਅਕਾਲੀ ਕਾਂਗਰਸ ਗੇੜਾ ਕੱਢ ਲੈਣ, ਕਿਸੇ ਨੇ ਇਹਨਾਂ ਦੇ ਮਗਰ ਨਹੀਂ ਲੱਗਣਾ, ਇਹਨਾਂ ਦੀਆਂ ਸਾਰੀਆਂ ਭੁੱਲਾਂ ਖੁੱਲ੍ਹ ਚੁੱਕੀਆਂ ਨੇਗੀਆਂ। ਓਕੇ, ਲੇਕਿਨ ਰਾਜਦੀਪ ਇੱਕ ਗੱਲ ਮੰਨਣੀ ਪਊਗੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਫੀ ਲੋਕਾਂ ਦੇ ਵਿੱਚ ਉਹਨਾਂ ਨਾਲ ਉਹਨਾਂ ਦੀ ਹਮਦਰਦੀ ਵੀ ਆ, ਲੋਕ ਉਹਨਾਂ ਲਈ ਸੌਫਟ ਕਾਰਨਰ ਰੱਖਦੇ ਆ।
ਜੇ ਇੱਥੇ ਸਾਡੇ ਵਿਨੀ ਪੈਗ ਚ ਕੋਈ ਨਹੀਂ ਰੱਖਦਾ ਹੈਗਾ, ਤੁਸੀਂ ਅੱਗੇ ਵੇਖ ਲਿਆ ਫੂਲਕਾ ਸਾਹਿਬ ਆਏ ਕਿੰਨੀ ਉਹਨਾਂ ਦੀ ਰਿਸਪੈਕਟ ਕਰੀ ਆ। ਓਕੇ ਹਾਂਜੀ, ਸੋ ਤੁਹਾਨੂੰ ਲੱਗਦਾ ਬਾਬੇ ਦਾ ਕੋਈ ਫਾਇਦਾ ਨਹੀਂ ਹੋਣਾ? ਹਾਂਜੀ ਕੋਈ ਫਾਇਦਾ ਨਹੀਂ, ਜਿੰਨੇ ਮਰਜ਼ੀ ਇਹ ਹੱਥ ਥੱਲੇ ਮਾਰ ਲੈਣ ਤੇ ਬਾਕੀ ਜਿੱਤ ਆਮ ਪਾਰਟੀ ਦੀ ਹੋਣੀ ਆ। ਓਕੇ ਓਕੇ, ਰਾਜਦੀਪ ਜੀ ਕਿੰਨੇ ਦੇਰ ਹੋ ਗਈ ਤੁਹਾਨੂੰ ਉੱਥੇ ਰਹਿੰਦੇ ਆ? ਸਾਨੂੰ ਹੋ ਗਏ 7 ਸਾਲ ਹੋ ਗਏ ਜੀ ਆਇਆਂ ਨੂੰ। ਤੇ ਉੱਥੋਂ ਦੀ ਜਿਹੜੀ ਮੌਸਮ ਆ, ਬਰਫ਼ ਕਾਫੀ ਪੈਂਦੀ ਆ, ਉਹਦੇ ਨਾਲ ਹੁਣ ਯੂਜ਼ ਟੂ ਹੋ ਗਏ ਤੁਸੀਂ? ਹਾਂਜੀ ਹੋ ਗਏ, ਹੋਣਾ ਹੀ ਪੈਂਦਾ ਵਾ ਇੱਧਰ ਵੀ। ਓਕੇ ਓਕੇ, ਥੈਂਕ ਯੂ, ਥੈਂਕ ਯੂ। ਦੇਖਦੇ ਆ ਸਾਡੇ ਅਗਲੇ ਦਰਸ਼ਕ ਜਿਹੜੇ ਆ ਉਹ ਇਸ ਜਿਹੜਾ ਕਾਂਗਰਸ ਦੇ ਲੀਡਰਾਂ ਦਾ ਬਾਹਰ ਦਾ ਦੌਰਾ ਵਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ। ਮੈਂ ਇੱਥੇ ਦੱਸ ਦੇਵਾਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਾਫੀ ਵੱਡੀ ਤਾਦਾਦ ਦੇ ਵਿੱਚ ਉਹਨਾਂ ਦੇ ਲੀਡਰ ਜਿਹੜੇ ਆ ਕਾਂਗਰਸ ਦੇ ਲੀਡਰ ਉਹ ਉਹਨਾਂ ਦੇ ਨਾਲ ਗਏ ਆ। ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਵੀ ਕੈਪਟਨ ਅਮਰਿੰਦਰ ਸਿੰਘ ਪੂਰੇ ਲਾਮ ਲਸ਼ਕਰ ਦੇ ਨਾਲ ਨੌਰਥ ਅਮਰੀਕਾ ਇਸ ਵੇਲੇ ਉੱਥੇ ਪਹੁੰਚੇ ਆ। ਦੇਖਦੇ ਹਾਂ ਸਾਡੇ ਅਗਲੇ ਦਰਸ਼ਕ ਕੀ ਕਹਿਣਾ ਚਾਹੁੰਦੇ ਆ ਔਰ ਕੀ ਨਜ਼ਰੀਆ ਰੱਖਦੇ ਇਸ ਮਸਲੇ 'ਤੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸੁਖਬੀਰ ਇਕਬਾਲ ਬੋਲ ਰਿਹਾ। ਸਤਿ ਸ਼੍ਰੀ ਅਕਾਲ ਸੁਖਬੀਰ ਜੀ, ਸਤਿ ਸ਼੍ਰੀ ਅਕਾਲ। ਕੈਪਟਨ ਅਮਰਿੰਦਰ ਸਿੰਘ ਬੜੀ ਚੰਗੀ ਗੱਲ ਹੈ ਅਮਰੀਕਾ ਦਾ, ਉਹਨਾਂ ਵਾਸਤੇ ਪਰਸਨਲੀ ਬੜੀ ਚੰਗੀ ਗੱਲ ਹੈ ਜੀ। ਅੱਛੀ ਉਹਨਾਂ ਦੀ ਇੱਕ ਕਿਸਮ ਦੀ ਵੋਕੇਸ਼ਨ ਹੋ ਜਾਏਗੀ ਜੀ। ਬਾਕੀ ਜਿਹੜਾ ਹੈ ਕਿ ਕਾਂਗਰਸ ਪਾਰਟੀ ਦਾ, ਕਾਂਗਰਸ ਪਾਰਟੀ ਨੇ ਤਾਂ 1917 ਵਿੱਚ ਇੱਕ ਸਥਾਪਿਤ ਹੋਈ ਸੀ ਇੰਡੀਆ ਦੇ ਵਿੱਚ ਪੋਲੀਟੀਕਲ ਪਾਰਟੀ ਦੀ ਤਰ੍ਹਾਂ, ਤੇ 2017 ਵਿੱਚ ਇਹਨੇ ਖਤਮ ਹੋਣਾ ਹੈ ਪਿਆ। ਐਨੀ ਬਸੰਤ ਨੇ ਸ਼ੁਰੂ ਕੀਤੀ ਸੀਗੀ ਤੇ ਹੁਣ ਇਹਦਾ ਨਾਂ ਕੀ ਹੈ, ਮੈਨੂੰ ਲੀਡਰ ਬਣਾਓ ਤੇ ਮੈਂ ਪ੍ਰਾਈਮ ਮਿਨਿਸਟਰ ਚੀਫ ਮਿਨਿਸਟਰ ਬਣਨਾ ਹੈਗਾ, ਤੇ ਉਹਦੇ ਵਿੱਚ ਰਾਹੁਲ ਨੇ 3 ਦਿਨ ਪਹਿਲਾਂ ਸਾਫ਼ ਕਰ ਦਿੱਤਾ ਕਿ ਇੱਕ ਹਾਈਪੋਥੈਟੀਕਲ ਕੁਐਸਚਨ ਹੈਗਾ ਆ ਕਿ ਪੰਜਾਬ ਵਿੱਚ ਕਾਂਗਰਸ ਵੱਲੋਂ ਕੌਣ ਚੀਫ ਮਿਨਿਸਟਰ ਹੋਊਗਾ, ਤੇ ਰਾਹੁਲ ਨੇ ਕਹਿ ਦਿੱਤਾ ਹੈਗਾ, ਇੱਕ ਕਿਸਮ ਦਾ ਇੰਡੀਕੇਟ ਕਰ ਦਿੱਤਾ ਹੈਗਾ ਕਿ ਕਾਂਗਰਸ ਦਾ ਤੇ ਪੰਜਾਬ ਵਿੱਚ ਜਿੱਤਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਇਸ ਲਈ ਚੀਫ ਮਿਨਿਸਟਰ ਬਣ ਕੇ ਕੌਣ ਕਰੇਗਾ ਉਹ ਹਾਈਪੋਥੈਟੀਕਲ ਕੁਐਸਚਨ ਹੈਗਾ ਆ। ਇਸ ਲਈ ਠੀਕ ਹੈ, ਇਹ ਆਪਣਾ ਛੁੱਟੀ ਕੱਟ ਜਾਣਗੇ ਪਰ ਇਹਦਾ ਪੋਲੀਟੀਕਲੀ ਜਿਹੜਾ ਉਹ ਵੀ ਫਰਕ ਨਹੀਂ ਪੈਣਾ। ਨਹੀਂ ਇਹ ਛੁੱਟੀ ਤੇ ਜਿਹੜੇ ਬਾਕੀ ਲੀਡਰ ਉੱਥੇ ਗਏ ਉਹ ਵੀ ਫਿਰ ਛੁੱਟੀ ਕੱਟਣ ਤੇ ਨਹੀਂ ਨਾ, ਆਫਟਰ ਲੋਕਾਂ ਨਾਲ ਰਾਬਤਾ ਵੀ ਤੇ ਕਾਇਮ ਹੁੰਦਾ ਯਾਰ, ਔਰ ਛੁੱਟੀ ਨਹੀਂ ਰੋਜ਼ ਇੱਕ ਦੋ ਥਾਵਾਂ ਤੇ ਨਵੇਂ ਵੱਖਰੇ ਥਾਵਾਂ ਤੇ ਜਾਣਾ। ਇੱਥੇ ਹੈਗਾ ਕਿ ਕਾਂਗਰਸ ਪਾਰਟੀ ਐਸਟੈਬਲਿਸ਼ ਪਾਰਟੀ ਹੈਗੀ ਆ, ਜਿਵੇਂ ਅਕਾਲੀਆਂ ਦਾ ਵੀ ਇੱਥੇ ਹੈਗਾ ਕਿ ਐਸਟੈਬਲਿਸ਼ ਹੈਗੀ ਆ, ਉਹਨਾਂ ਦੇ ਇੱਥੇ ਸਾਰੇ ਹੀ ਹੈਗੇ ਆ, ਇੱਕ ਸੈਟਅਪ ਹੈਗਾ ਆ, ਪਰ ਜਿਹੜਾ ਆਮ ਲੋਕੀ ਆ ਨਾ, ਜਿਹੜੇ ਆਮ ਐਨ ਆਰ ਆਈ ਆ, ਉਹ ਆਮ ਆਦਮੀ ਦੇ ਦੀ ਪਾਰਟੀ ਦੇ ਵਿੱਚ ਹੀ ਰਹਿ ਤੇ ਹਮੇਸ਼ਾ ਹੈਗਾ, ਭਾਵੇਂ ਉਹ ਪੰਜਾਬ ਵਿੱਚ ਆ, ਭਾਵੇਂ ਹੋਰ ਕਿਤੇ ਆ, ਭਾਵੇਂ ਇੱਥੇ ਅਮਰੀਕਾ ਵਿੱਚ ਹੈਗਾ ਆ, ਉਹ ਆਮ ਜਿਹੜੇ ਨੇ ਉਹ ਆਮ ਹੀ ਆ ਅਸੀਂ। ਇਹਦਾ ਮਤਲਬ ਹੈ ਕੋਈ ਬਹੁਤਾ ਅਸਰ ਨਹੀਂ ਪੈਣਾ ਇਸ ਪੀਰ ਰਤਵਾਲ ਹੁਣ ਦਾ ਕਹਿਣਾ ਜੀ ਜੀ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਉਹਨਾਂ ਨਾਲ ਸਹਿਮਤ ਹਨ ਕਿ ਨਹੀਂ। ਹੈਲੋ, ਹੈਲੋ, ਹਾਂਜੀ ਭਾਈ ਸਾਹਿਬ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਫਤਿਹ ਜੀ ਜੀ, ਭਾਈ ਸਾਹਿਬ ਮੈਂ ਜਗਜੀਤ ਬੋਲ ਰਿਹਾ ਜੀ, ਨਿਊਯਾਰਕ ਤੋਂ। ਹਾਂਜੀ ਜਗਜੀਤ ਜੀ, ਦੱਸੋ ਕੀ ਵਿਚਾਰ ਨੇ ਤੁਹਾਡੇ। ਹਾਂਜੀ ਭਾਈ ਸਾਹਿਬ, ਪਹਿਲੇ ਤੇ ਕੈਪਟਨ ਦਾ ਜਿਹੜਾ ਹੈਗਾ ਅਮਰੀਕਾ ਦੌਰੇ ਤੇ ਬਿਲਕੁਲ ਵੀ ਉਹਨਾਂ ਦਾ ਸਵਾਗਤ ਨਹੀਂ ਕੀਤਾ ਜਾਏਗਾ ਇੱਥੇ ਦੇ ਪ੍ਰਵਾਸੀਆਂ ਵੱਲੋਂ। ਓਕੇ ਜੀ, ਕਿਉਂਕਿ ਕੈਪਟਨ ਦੇ ਅਹਿਮ ਜਿਹੜਾ ਕੈਪਟਨ ਉਸ ਸਰਕਾਰ ਨੂੰ ਰਿਪ੍ਰੈਜੈਂਟ ਕਰ ਰਿਹਾ ਜਿਸ ਸਰਕਾਰ ਨੇ ਸਿੱਖਾਂ ਦਾ ਖੂਨ ਜਿਹੜਾ ਉਹ ਕੀਤਾ, ਸਾਡਾ ਅਕਾਲ ਤਖ਼ਤ ਸਾਹਿਬ ਜਿਹੜਾ ਉਹ ਢਹਿ ਢੇਰੀ ਕੀਤਾ,
ਅਤੇ ਉਸੇ ਸਰਕਾਰ ਨੂੰ ਇਹ ਅੱਜ ਰਿਪ੍ਰੈਜ਼ੈਂਟ ਕਰ ਰਹੇ ਨੇ। ਜਿਹੜਾ ਕਿ ਇਹਨਾਂ ਨੇ ਹੁਣੇ ਰੀਸੈਂਟਲੀ 2014 ਦੇ ਵਿੱਚ ਇਹਨਾਂ ਨੇ ਇੱਕ ਵਾਰ ਫਿਰ ਕਿਹਾ ਕਿ ਸਿੱਖਾਂ ਨੂੰ ਜਿਹੜਾ ਧਾਰਾ 25 ਹੈ ਉਹ ਅਮੰਡ ਕਰਨ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਸਿੱਖ ਜਿਹੜੇ ਉਹ ਹਿੰਦੂ ਧਰਮ ਦਾ ਹਿੱਸਾ ਅਜੇ ਵੀ ਇਹ ਦੱਸ ਗਏ ਆ। ਬਲਕਿ ਜਿਹੜਾ ਕਿ ਸਿੱਖ ਜਿਹੜੀ ਆ ਉਹ ਅਲੱਗ ਇੱਕ ਰਾਜ ਹੈ, ਅਲੱਗ ਕੌਮ ਹੈ। ਅਤੇ ਉਸ ਤੋਂ ਬਾਅਦ ਇਹਨਾਂ ਨੇ ਨਵੰਬਰ 1984 ਸਿੱਖ ਨਸਲਕੁਸ਼ੀ ਦਾ ਜੋ ਟਾਈਟਲ ਜੋ ਜ਼ਿੰਮੇਵਾਰ ਸੀਗਾ ਸਾਰੀ ਦੁਨੀਆ ਜਾਣਦੀ ਹੈ, ਉਸਨੂੰ ਇਹ ਨਿਰਦੋਸ਼ ਦੱਸ ਰਹੇ ਨੇ। ਸੋ ਜਗਜੀਤ ਹੋਣਾ ਦਾ ਕਹਿਣਾ ਵਾ ਕਿ ਹਾਲੇ ਵੀ 84 ਦੇ ਮਸਲੇ ਜਿਹੜੇ ਆ ਰੜਕਦੇ ਆ, ਉਹਨਾਂ ਕਰਕੇ ਸਿੱਖਾਂ 'ਚ ਰੋਸ ਆ, ਸਿੱਖ ਆਈਡੈਂਟੀ ਦਾ ਮਸਲਾ ਜਿਹੜਾ ਵਾ ਉਹ ਵੀ ਹਾਲੇ ਰਿਜ਼ੋਲਵ ਨਹੀਂ ਹੋਇਆ, ਔਰ ਜੋ ਕਾਂਗਰਸ ਪਾਰਟੀ ਦਾ ਇਹਨਾਂ ਮਸਲਿਆਂ 'ਤੇ ਰਵੱਈਆ ਰਿਹਾ ਵਾ ਜਾਂ ਸਟੈਂਡ ਹੈ ਇਸ ਵੇਲੇ ਵੀ, ਉਹਦੇ ਕਰਕੇ ਉੱਥੋਂ ਦੇ ਐਨਆਰਆਈਜ਼ ਉਹਨਾਂ ਦੇ ਨਾਲ ਉਹਨਾਂ ਦਾ ਜੁੜਨਾ ਕਾਫੀ ਮੁਸ਼ਕਲ ਆ। ਲੇਕਿਨ ਜੋ ਖਬਰਾਂ ਆ ਰਹੀਆਂ ਵਾ ਉਹਦੇ ਤੋਂ ਲੱਗ ਰਿਹਾ ਵਾ ਕਿ ਉੱਥੇ ਕਾਫੀ ਤਿਆਰੀਆਂ ਜਿਹੜੀਆਂ ਲੀਡਰ ਹੈ ਉਹ ਕਰ ਰਹੇ ਆ, ਕਾਫੀ ਲੀਡਰ ਇੱਥੋਂ ਨਾਲ ਪਹੁੰਚੇ ਉਹਨਾਂ ਦੇ, ਔਰ ਉਹਨਾਂ ਨੂੰ ਡਿਊਟੀ ਲੱਗੀ ਆ ਵੀ ਸ਼ਿਕਾਗੋ ਦੇ ਵਿੱਚ ਆਹ ਦੋ ਲੀਡਰ ਇੰਤਜ਼ਾਮ ਕਰਨਗੇ, ਕੈਲੀਫੋਰਨੀਆ 'ਚ ਆਹ 4 ਲੀਡਰ ਇੰਤਜ਼ਾਮ ਕਰਨਗੇ, ਜਦੋਂ ਟੋਰਾਂਟੋ ਆਉਣਗੇ ਉੱਥੇ ਆਹ ਲੋਕ ਕਰਨਗੇ। ਸੋ ਤਿਆਰੀ ਕਾਫੀ ਆ, ਦੇਖਦੇ ਹਾਂ ਇਹ ਤਿਆਰੀ ਜਿਹੜੀ ਆ ਇਹ ਕੀ ਰੰਗ ਲਿਆਉਂਦੀ ਆ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ ਸੰਤ ਸਾਹਿਬ, ਸਤਿ ਸ਼੍ਰੀ ਅਕਾਲ, ਗੁਰਬਚਨ ਮਾਨ ਅਰਜ ਕਰ ਰਹੇ ਜੀ ਮਿਸ਼ੀਗਨ ਤੋਂ। ਹਾਂਜੀ ਹਾਂਜੀ ਮਾਨ ਸਾਹਿਬ, ਮੇਰੇ ਖਿਆਲ ਮਿਸ਼ੀਗਨ ਤੱਕ ਤਾਂ ਨਹੀਂ ਕੈਪਟਨ ਅਮਰਿੰਦਰ ਸਿੰਘ ਪਹੁੰਚ ਕਰ ਰਹੇ? ਹਾਲੇ ਤੱਕ ਨਹੀਂ ਸੁਣਿਆ ਹੀ ਗੱਲ, ਪਰ ਉਹ ਸ਼ਿਕਾਗੋ ਕਿਉਂਕਿ ਨੇੜੇ ਪੈਂਦਾ ਹੈਗਾ, ਉਹ ਹੋ ਸਕਦਾ ਵੀ ਸ਼ਿਕਾਗੋ ਵਾਲਾ ਹੀ ਉਹ ਸੋਚਦੇ ਹੋਣ ਵੀ ਜਿਹੜੇ ਮਿਸ਼ੀਗਨ ਵਾਲੇ ਬੰਦੇ ਹੈਗੇ ਆ ਉਹ ਸ਼ਾਇਦ ਸ਼ਿਕਾਗੋ ਪਹੁੰਚ ਜਾਣ। ਸੋ ਪਹੁੰਚ ਰਹੇ ਤੁਸੀਂ ਵੀ ਉਹਨਾਂ ਨਾਲ ਗੱਲ ਕਰਨ, ਇੰਟਰਵਿਊ ਕਰਨ ਜਾਂ ਸੁਣਨ ਉਹਨਾਂ ਨੂੰ? ਨਹੀਂ ਐਸਾ ਨਹੀਂ ਹੈ, ਤੁਹਾਡੇ ਜਿਹੜੇ ਪਹਿਲੇ ਸਵਾਲ ਦਾ ਜਿਹੜਾ ਹੈ ਮੈਂ ਥੋੜ੍ਹਾ ਜਿਹਾ ਟਾਈਮ ਉਹ 'ਤੇ ਸਪੈਂਡ ਕਰਨ ਦਾ ਮੇਰਾ ਖਿਆਲ ਸੀਗਾ, ਜੇ ਇਜਾਜ਼ਤ ਦਿਓ ਤਾਂ। ਹਾਂਜੀ, ਦੋ ਗੱਲਾਂ ਨੇ, ਇੱਕ ਕਾਂਗਰਸ ਪਾਰਟੀ ਦਾ ਸਟੇਟਸ ਕੀ ਹੈ ਪੰਜਾਬ ਵਿੱਚ ਔਰ ਹਿੰਦੁਸਤਾਨ ਵਿੱਚ, ਮੇਰਾ ਖਿਆਲ ਇਹ ਗੱਲ ਮੈਟਰ ਕਰੂਗੀ। ਦੂਸਰਾ ਇਹ ਹੈ ਕਿ ਜਿਹੜੇ ਕੈਪਟਨ ਸਾਹਿਬ ਹੈਗੇ ਨੇ ਉਹਨਾਂ ਦੀ ਆਪਣੀ ਪੈਸਟ ਪਰਫਾਰਮੈਂਸ ਜਿਹੜੀ ਹੈਗੀ ਹੈ ਕੈਸੀ ਰਹੀ ਹੈ, ਰਾਈਟ? ਇਹਨਾਂ ਬਾਰੇ ਮੇਰੀ ਟਿੱਪਣੀ ਇਹ ਹੈਗੀ ਹੈ ਕਿ ਕਾਂਗਰਸ ਪਾਰਟੀ ਸੈਂਟਰ ਵਿੱਚ ਉਹਨਾਂ ਦੇ ਕੋਲ ਕੋਈ ਬਹੁਤ ਵਧੀਆ ਆਈਕੋਨ ਨਹੀਂ ਹੈਗਾ। ਰਾਹੁਲ ਕੋਸ਼ਿਸ਼ ਕਰ ਰਹੇ ਨੇ, ਯੰਗ ਨੇ ਹੈ, ਲੇਕਿਨ ਉਹਨਾਂ ਦਾ ਜਿਹੜਾ ਇੱਕ ਵਾਜਵਾਂ ਪ੍ਰਭਾਵ ਬਣਦਾ ਹੁੰਦਾ ਕਿਸੇ ਲੀਡਰ ਦਾ, ਆਈਕੋਨ ਬਣਦਾ, ਉਹ ਨਹੀਂ ਬਣਿਆ। ਕਿਉਂਕਿ ਸੋਨੀਆ ਜੀ ਹੁਣ ਆਪਣੇ ਆਪ ਨੂੰ ਇੰਨਾ ਐਕਟਿਵਲੀ ਉਹਦੇ ਵਿੱਚ ਲੈ ਨਹੀਂ ਰਹੇ। ਸੋ ਮੈਨੂੰ ਲੱਗਦੀ ਹੈ ਕਿ ਜਿੱਥੇ ਜਿੰਨੀ ਦੇਰ ਤੱਕ ਕਿਸੇ ਪਾਰਟੀ ਦਾ ਜਿਹੜਾ ਮੁਖੀ ਹੈ ਉਹਦੀ ਪ੍ਰਭਤਾ ਪੂਰੀ ਤਰ੍ਹਾਂ ਨਾ ਬਣੀ ਹੋਈ ਹੋਵੇ, ਉਹ ਬਹੁਤ ਚੰਗੇ ਗੁਣਾਂ ਵਾਲਾ ਨਾ ਹੋਵੇ, ਚੰਗੀ ਲੀਡਰਸ਼ਿਪ ਵਾਲਾ ਨਾ ਹੋਵੇ, ਉਹਦਾ ਅਸਰ ਜਿਹੜਾ ਹੈਗਾ ਜਿਹੜੀ ਟੋਟਲ ਕਾਂਗਰਸ ਪਾਰਟੀ ਹੈ ਉਹਦੇ ਉੱਪਰ ਬਣਿਆ ਰਹੂਗਾ। ਅਤੇ ਮੈਨੂੰ ਇਹ ਲੱਗਦਾ ਵੀ ਉਹ ਕੋਈ ਬਹੁਤਾ ਅੱਛਾ ਇੰਪ੍ਰੈਸ਼ਨ ਨਹੀਂ ਗਾ, ਉਹ ਬਲਕਿ ਜਿਵੇਂ ਕਿਸੇ ਚੀਜ਼ ਨੂੰ ਗ੍ਰਹਿਣ ਲੱਗਿਆ ਹੁੰਦਾ ਉਹ ਇਸ ਤਰ੍ਹਾਂ ਲੱਗਦਾ। ਮਿਹਰਬਾਨੀ ਮਿਹਰਬਾਨੀ ਮਾਨ ਸਾਹਿਬ ਜੀ, ਸਹੀ ਕਿਹਾ ਤੁਸੀਂ, ਕਾਂਗਰਸ ਪਾਰਟੀ ਦਿੱਲੀ ਦੇ ਵਿੱਚ ਉਹਨਾਂ ਦੀ ਕੋਈ ਬਹੁਤੀ ਛਵੀ ਠੀਕ ਨਹੀਂ ਹੈ। ਲੇਕਿਨ ਮੈਂ ਇੱਥੇ ਤੁਹਾਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਔਰ ਕਾਂਗਰਸ ਦੀ ਕੋਸ਼ਿਸ਼ ਹੈ ਆਪਣੇ ਆਪ ਨੂੰ ਰੀਡਿਸਕਵਰ ਕਰਨ ਦੀ, ਔਰ ਜਿਹੜੇ ਦੋ ਤਿੰਨ ਮਸਲਿਆਂ ਦੇ ਉੱਤੇ ਉਹਨਾਂ ਦਾ ਇੱਕ ਪੋਜ਼ਿਟਿਵ ਰੋਲ ਰਿਹਾ ਵਾ ਜਦੋਂ ਇਹ ਪੰਜਾਬ ਦੇ ਵਿੱਚ ਸੱਤਾ 'ਚ ਸਨ, ਉਹਨੂੰ ਉਹ ਇਨਫੈਕਟ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਆ। ਸੋ ਮਾਨ ਸਾਹਿਬ, ਇਹ ਵਾਕਈ ਵੈਦਰ ਇਹ ਲੋਕ ਉਹਨਾਂ ਨੂੰ ਜਿਹੜੀ ਰੀਡਿਸਕਵਰੀ ਵੱਲ ਕਾਂਗਰਸ ਤੁਰੀ ਆ, ਕੈਪਟਨ ਅਮਰਿੰਦਰ ਸਿੰਘ ਤੁਰੇ ਆ, ਇਹਦਾ ਕੋਈ ਫਾਇਦਾ ਹੁੰਦਾ ਕਿ ਨਹੀਂ ਹੁੰਦਾ, ਇਹ ਦੇਖਣ ਵਾਲਾ। ਤੁਸੀਂ ਕੁਛ ਹੋਰ ਵੀ ਕਹਿ ਰਹੇ ਸੀ ਮਾਨ ਸਾਹਿਬ?
ਮੈਂ ਇਹਦੇ ਬਾਰੇ ਇਹ ਕਹਿਣਾ ਚਾਹੁੰਦਾ ਸੀਗਾ, ਜਿੱਥੋਂ ਤੱਕ ਕੈਪਟਨ ਸਾਹਿਬ ਦੀ ਆਪਦੀ ਲੀਡਰਸ਼ਿਪ ਦਾ ਸਵਾਲ ਹੈ ਨਾ, ਉਹਦੇ ਵਿੱਚ ਕੁਝ ਜਿਹੜੇ ਪੋਜ਼ਿਟਿਵ ਗੱਲਾਂ ਹੈਗੀਆਂ ਨੇ ਉਹਨਾਂ ਦਾ ਵੀ ਆਪਾਂ ਨੂੰ ਪਤਾ ਹੈ, ਲੇਕਿਨ ਉਹਦੇ ਵਿੱਚ ਇੱਕ ਜਿਹੜੀ ਉਹਨਾਂ ਦੇ ਖਿਲਾਫ ਜਾਂਦੀ ਹੈ ਗੱਲ ਉਹ ਹੈ ਕਿ ਉਹ ਉਹਨਾਂ ਨੇ ਲੀਡਰਸ਼ਿਪ ਨੂੰ ਆਪਣੀ ਨੂੰ ਕਦੇ ਵੀ ਇੰਨਾ ਸੀਰੀਅਸਲੀ ਨਹੀਂ ਲਿਆ। ਜਦੋਂ ਚੀਫ ਮਿਨਿਸਟਰ ਰਹੇ ਉਦੋਂ ਤਾਂ ਵੱਖਰੀ ਗੱਲ ਹੈ, ਜਦੋਂ ਅਪੋਜੀਸ਼ਨ ਵਿੱਚ ਆਏ ਨਾ ਉਹਨਾਂ ਨੇ ਵਿਰੋਧੀ ਪਾਰਟੀ ਦੇ ਪ੍ਰੈਜ਼ੀਡੈਂਟ ਵੱਲੋਂ ਜਦੋਂ ਕਾਂਗਰਸ ਦਾ ਰਹੇ ਕਦੀ ਉਹ ਸੈਸ਼ਨ ਅਟੈਂਡ ਕਰਨ ਨਹੀਂ ਗਏ। ਜੇ ਹੁਣ ਉਹ ਡਿਪਟੀ ਲੀਡਰ ਉਹਨਾਂ ਨੇ ਸੈਂਟਰ ਦੇ ਵਿੱਚ ਉਹਨਾਂ ਨੂੰ ਬਣਾਇਆ ਹੋਇਆ, ਜਦੋਂ ਦੇ ਮੈਂਬਰ ਆਫ ਪਾਰਲੀਮੈਂਟ ਬਣੇ ਹੋਏ ਨੇ, ਉੱਥੇ ਵੀ ਉਹਨਾਂ ਦੀਆਂ ਹਾਜ਼ਰੀਆਂ ਸਭ ਤੋਂ ਘੱਟ ਨੇ। ਦੇਖੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਨੇ, ਲੀਡਰਸ਼ਿਪ ਤੁਸੀਂ ਲੋਕਾਂ ਕੋਲੋਂ ਲੈਣਾ ਚਾਹੁੰਦੇ ਹੋ, ਫਿਰ ਤੁਸੀਂ ਕਹਿੰਦੇ ਹੋ ਤੁਸੀਂ ਦੂਜੇ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਹੈਗੀਆਂ ਨੇ ਉਹਨਾਂ ਨੂੰ ਆਪਣੇ ਪਾਰਟੀ ਲੈਵਲ ਦੇ ਉੱਪਰ ਜਾਂ ਸੂਬਾ ਲੈਵਲ ਦੇ ਉੱਪਰ ਜਾਂ ਸੈਂਟਰ ਦੇ ਉੱਪਰ ਤੈਅ ਕਰੋਗੇ, ਅਤੇ ਜਦੋਂ ਤੁਹਾਡੀਆਂ ਗੈਰ ਹਾਜ਼ਰੀਆਂ ਹੀ ਇੰਨੀਆਂ ਜ਼ਿਆਦਾ ਹੈ, ਤੁਸੀਂ ਕਿਸ ਕਿਸਮ ਦੀ ਸੀਰੀਅਸਨੈਸ ਕਿੰਨੀ ਕੁ ਹੈਗੀ ਹੈ ਤੁਹਾਡੇ ਕੋਲ ਲੀਡਰਸ਼ਿਪ ਦੀ? ਮੇਰੇ ਖਿਆਲ ਇਹ ਗੱਲਾਂ ਜਿਹੜੀਆਂ ਹੈਗੀਆਂ ਇਹ ਵੀ ਵਿਚਾਰ ਵਿੱਚ ਆਉਣਗੀਆਂ, ਔਰ ਇਹਨਾਂ ਨੂੰ ਯਕਦਮ ਤੁਸੀਂ ਆਪਣੇ ਪੈਸ ਨੂੰ ਧੋ ਨਹੀਂ ਸਕਦੇ ਕਿ ਜਿੱਥੇ ਤੁਹਾਡੀਆਂ ਹਾਜ਼ਰੀਆਂ ਲੱਗੀਆਂ ਹਾਜ਼ਰੀਆਂ ਲੱਗੀਆਂ, ਜਿੱਥੇ ਤੁਹਾਡੀ ਗੈਰ ਹਾਜ਼ਰੀਆਂ ਲੱਗੀਆਂ ਉੱਥੇ ਗੈਰ ਹਾਜ਼ਰੀਆਂ ਲੱਗੀਆਂ। ਥੈਂਕ ਯੂ ਸੋ ਮਚ ਜੀ। ਮਿਹਰਬਾਨੀ ਮਾਨ ਸਾਹਿਬ, ਬਿਲਕੁਲ ਸਹੀ ਕਿਹਾ ਤੁਸੀਂ। ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਤੁਹਾਨੂੰ ਕਿ ਇਹੋ ਹੀ ਐਗਜੈਕਟਲੀ ਇਸ਼ੂਜ਼ ਜਿਹੜੇ ਆ, ਪਿੱਛੇ ਜੇ ਇੱਕ ਕੌਫੀ ਵਿਦ ਕੈਪਟਨ ਜਿਹੜਾ ਪ੍ਰੋਗਰਾਮ ਔਰਗਨਾਈਜ਼ ਕੀਤਾ ਗਿਆ ਸੀ, ਉੱਥੇ ਇੱਕ ਨੌਜਵਾਨ ਨੇ, ਉਹ ਨੌਜਵਾਨ ਦਾ ਜਿਹੜਾ ਉਹਨੇ ਸਵਾਲ ਪੁੱਛਿਆ ਉਹ ਸੋਸ਼ਲ ਮੀਡੀਆ 'ਤੇ ਵੀ ਹੈ, ਵਾਇਰਲ ਵੀ ਹੋਇਆ ਵਾ। ਉਹ ਨੌਜਵਾਨ ਨੇ ਬੜਾ ਇੰਟਰਸਟਿੰਗ ਤਰੀਕੇ ਨਾਲ, ਬੜਾ ਤਰੀਕੇ ਨਾਲ ਉਹਨਾਂ ਨੇ ਇਸ ਨੂੰ ਪੁੱਛਿਆ, ਐਨਾਲਾਈਜ਼ ਕੀਤਾ। ਉਹਨਾਂ ਕਿਹਾ ਕਿ ਤੁਸੀਂ ਜਦੋਂ ਐੱਮ ਐੱਲ ਏ ਰਹੇ ਉਦੋਂ ਤੁਸੀਂ ਪੰਜਾਬ ਵਿਧਾਨ ਸਭਾ ਅਟੈਂਡ ਨਹੀਂ ਕੀਤੀ, ਜਦੋਂ ਤੁਸੀਂ ਐੱਮ ਪੀ ਬਣੇ ਲੋਕਾਂ ਨੇ ਤੁਹਾਨੂੰ ਇੰਨੀਆਂ ਵੋਟਾਂ ਪਾਈਆਂ, ਨਾ ਤਾਂ ਤੁਸੀਂ ਅੰਮ੍ਰਿਤਸਰ ਗਏ ਅਤੇ ਨਾ ਤੁਸੀਂ ਲੋਕ ਸਭਾ ਦਾ ਦੇ ਸੈਸ਼ਨ ਅਟੈਂਡ ਕੀਤੇ। ਸੋ ਉਹ ਨੌਜਵਾਨ ਨੇ ਇੱਕ ਬਹੁਤ ਇੰਟਰਸਟਿੰਗ ਤਰੀਕੇ ਨਾਲ ਇਹਨੂੰ ਪੁੱਟ ਕੀਤਾ। ਉਹਨਾਂ ਕਿਹਾ ਜੀ ਵੀ ਜੇ ਤੁਸੀਂ ਕਿਤੇ ਸਾਡੇ 'ਚੋਂ ਇਸ ਤਰ੍ਹਾਂ ਦੀ ਗੈਰ ਹਾਜ਼ਰੀ ਅਸੀਂ ਆਪਣੀ ਕਲਾਸਾਂ 'ਚ ਲਾ ਲਈਏ ਤਾਂ ਸਾਨੂੰ ਇਮਤਿਹਾਨ 'ਚ ਵੀ ਨਹੀਂ ਬਹਿਣ ਦੇਣਾ ਕਿਸੇ ਨੇ, ਸਾਡੇ ਟੀਚਰਾਂ ਨੇ, ਔਰ ਤੁਸੀਂ ਇਹ ਗੈਰ ਹਾਜ਼ਰੀ ਦੇ ਬਾਵਜੂਦ ਤੁਸੀਂ ਆਪਣੇ ਨੂੰ ਹਾਲੀ ਵੀ ਲੀਡਰ ਦੱਸਦੇ ਜੇ। ਸੋ ਇਹ ਇੱਕ ਬੜਾ ਇੱਕ ਸਟੂਡੈਂਟ ਦਾ ਆਪਣੇ ਅੰਦਾਜ਼ ਨਾਲ ਸਟੂਡੈਂਟ ਨੇ ਆਪਣੀ ਗੱਲ ਕਹੀ, ਔਰ ਇਹ ਵਾਕਈ ਇਹ ਮਾਨਸਾ ਵੀ ਇਹੋ ਹੀ ਕਹਿ ਰਹੇ ਆ ਕਿ ਜਦੋਂ ਉਹਨਾਂ ਦਾ ਬਤੌਰ ਆਫਟਰ ਆਲ ਕੋਈ ਵੀ ਲੀਡਰ ਜਿਹੜਾ ਉਹ ਹਮੇਸ਼ਾ ਸੱਤਾ 'ਚ ਨਹੀਂ ਰਹਿੰਦਾ, ਉਹ ਜਦੋਂ ਅਪੋਜੀਸ਼ਨ 'ਚ ਆਉਂਦਾ ਉਹ ਤੋਂ ਲੋਕ ਐਕਸਪੈਕਟ ਕਰਦੇ ਵੀ ਉਹ ਅਪੋਜੀਸ਼ਨ ਦਾ ਰੋਲ ਵੀ ਅਦਾ ਕਰੇ। ਉਸ ਰੋਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਡੈਫੀਨੇਟਲੀ ਕਾਮਯਾਬ, ਜਾਂ ਮੈਂ ਕਹੂੰਗਾ ਇੱਕ ਤਰੀਕੇ ਨਾਲ ਫੇਲ ਹੀ ਹੋਏ ਆ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਆ। ਇੱਕ ਹੋਰ ਕਾਲ ਲੈ ਕੇ ਫਿਰ ਅਸੀਂ ਇੱਕ ਛੋਟੀ ਜੀ ਬ੍ਰੇਕ ਲਵਾਂਗੇ। ਹੈਲੋ, ਹੈਲੋ, ਹਾਂ, ਸਤਿ ਸ਼੍ਰੀ ਅਕਾਲ, ਦਿਸ ਇਜ਼ ਪਰਲੋਚਨ ਐਸ ਸੰਧੂ ਫਰੋਮ ਫ੍ਰੀਮੌਂਟ ਕੈਲੀਫੋਰਨੀਆ, ਫਸਟ ਟਾਈਮ ਕਾਲਰ। ਹਾਂਜੀ ਹਾਂਜੀ ਹਾਂਜੀ, ਕਿਹੜੀ ਜਗ੍ਹਾ ਤੋਂ ਕਾਲ ਕਰੇ ਭਾਈ ਸਾਹਿਬ? ਫ੍ਰੀਮੌਂਟ ਕੈਲੀਫੋਰਨੀਆ ਜੀ, ਫ੍ਰੀਮੌਂਟ। ਹਾਂਜੀ ਭਾਈ ਸਾਹਿਬ, ਪਹਿਲੀ ਗੱਲ ਤਾਂ ਇਹ ਆ ਕਿ ਪਹਿਲੀ ਕਾਲ ਜ਼ਰੂਰ ਹੈ ਪਰ ਆਖਰੀ ਕਾਲ ਨਹੀਂ ਹੋਣੀ ਚਾਹੀਦੀ, ਕਾਲ ਜ਼ਰੂਰ ਕਰਦੇ ਰਹੋ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਸਰ ਕਮਲ ਸਰ, ਦ ਪ੍ਰੋਬਲਮ ਇਜ਼ ਯੂ ਗਾਈਜ਼ ਹੈਵ ਵੈਰੀ ਰਿਪੀਟ ਕਾਲਰ ਐਂਡ ਦੇ ਗੈਟ ਔਨ ਲਾਈਨ ਵੈਰੀ ਈਜ਼ਲੀ। We work until 5 o'clock, California time, we come home and the lines are already booked up. So sorry about that. Okay. My suggestion is you should have a live program on West Coast time as well. Maybe rotate it once a week. Just my suggestion, nothing else. Anyway. Hanji. I'll just make two or three quick points. I know there are a lot of callers online. Number one, when Manpreet was here back in 2012, I was on his bandwagon. I was a big supporter of him. And one thing we suggested him that oh jehdi vi rally karde ne oh ek common rally karan je ch aam aadmi jo bhai sahab ne pehle vi kiya hai aam aadmi aa sake na ki oh rally kan kahe billionaire jehde california ch rehnde ne te bahut zyada ne
ਉਹਨਾਂ ਦੇ ਘਰ ਪ੍ਰਾਈਵੇਟ ਪਾਰਟੀ ਦੇ ਵਿੱਚ ਕਰਨ, ਤੇ ਉੱਥੇ ਜਿਹੜੇ ਬੰਦੇ ਆਉਣਗੇ ਉਹੀ ਆਉਣਗੇ ਜਿਹੜੇ ਉਹਨਾਂ ਨਾਲ। ਸੰਤ ਸਾਹਿਬ ਸੋਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ, ਥੋੜਾ ਜਿਹਾ ਤੁਸੀਂ ਟੈਲੀਫੋਨ ਤੋਂ ਦੂਰ ਹੋ ਕੇ ਬੋਲੋਗੇ, ਥੋੜੀ ਜਿਹੀ ਵੋਇਸ ਜਿਹੜੀ ਹੈ ਨਾ ਉਹ ਐਕੋ ਕਰ ਰਹੀ ਹੈ। ਹੋਲਡ ਔਨ ਸੈਕਿੰਡ ਸਰ, ਲੈਟ ਮੀ ਟ੍ਰਾਈ। ਓਕੇ, ਹਾਂਜੀ ਹਾਂਜੀ, ਯੈਸ ਬੈਟਰ ਨਾਓ। ਹਾਂਜੀ, ਸੋ ਐਨੀਵੇ ਵੀ ਰਿਕੁਐਸਟਡ ਮਨਪ੍ਰੀਤ, ਇਜ਼ ਇਟ ਬੈਟਰ? ਯਾ, ਇਟ ਇਜ਼ ਬੈਟਰ ਜੀ। ਹਾਂਜੀ, okay, we suggest to him that he should hold rallies in the common area where common army can come and okay. attend the, and he did, but still there was a lot of pressure on him from this so called multimillionaires to come to his home on private parties and you know just meet over there. That is past. Currently captain is coming and based his program is again meeting, he's going to places called millionaire people, you know. I've seen party here, party there, this guy, and again I know he's trying to meet some people in Los Angeles in a convention center, but they told them already that please you cannot ask him any question verbally, you can only ask him written question and they have to be given ahead of time and they will approve it. Okay, so again it's the same routine. We people, we NRIs, I know we want to host it, but it's only the few millionaires who can host people. Number third, Sukhpal Khaira, I'm an Aam Aadmi Party sympathizer, big sympathizer, to be honest, you know. And I want to support them. But again, I'm really disappointed in Sukhpal Khaira. He came to our town. Again, he went to local doctor's house where the doctor invited his own people and just held a meeting. So again, he's not trying organize any Aam Aadmi gathering here in, at least in Northern California. I don't know about any place else. Nirbani. The last point I want to make, we tried last time, we NRIs, including myself, we get on the bandwagon right away. You know, a new leader, is Aam Aadmi Party will get on their bandwagon. It's Congress, will get on the bandwagon. We, in my personal opinion, our thing doesn't matter in Punjab. I have talked to my relatives, my friends, they say, wait a minute, you guys live in America. You don't know what our problems are. So please shut up. Don't tell us what to do our lives. So NRIs, they may be saying, they can send the money, they can do all these kind of things. Trust me, as far as vote is concerned, voters of Punjab are very, they know what to do. The NRIs, you can talk about it. Of the day, they're going to make the decision. Last point on Akali Dal. I'm not a supporter of Akali Dal, but Prakash Singh Badal would not have been chief minister for five times if we NRI who have been opposing him for years, and he would not have been. You know very well, NRIs do matter, but they don't matter that much. That's all the friend, but thanks again for giving me time. I haven't called for so many years, you know, on your program, but finally, today you're talking about NRI. I have some experience, some feelings, some thoughts about it. If, you know, again, to be honest, I'm up. ਮਿਹਰਬਾਨੀ ਭਾਈ ਸਾਹਿਬ, ਮਿਹਰਬਾਨੀ। ਕਈ ਪੁਆਇੰਟਸ ਸੰਤ ਸਾਹਿਬ ਨੇ ਰੇਜ਼ ਕੀਤੇ ਆ, ਇਨਫੈਕਟ ਮੈਂ ਉਹ ਦੁਹਰਾਉਣਾ ਨਹੀਂ ਚਾਹੁੰਦਾ, ਪਰ ਇੱਕ ਗੱਲ ਬੜੀ ਇੰਟਰਸਟਿੰਗ ਨਿਕਲ ਕੇ ਆਈ ਆ ਕਿ ਇਹ ਜਿੰਨੇ ਲੀਡਰ ਉੱਥੇ ਜਾ ਰਹੇ ਆ ਔਰ ਰੈਲੀਆਂ ਕਰ ਰਹੇ ਆ, ਇਹ ਆਮ ਆਦਮੀ ਪਾਰਟੀ ਮਤਲਬ ਇੱਕ ਕਾਮਨ ਮੈਨ, ਆਮ ਆਦਮੀ ਪਾਰਟੀ ਮਤਲਬ ਬਤੌਰ ਸਿਆਸੀ ਜਮਾਤ ਨਹੀਂ, ਬਤੌਰ ਕਾਮਨ ਮੈਨ ਜਿਹੜਾ ਵਾ ਉਹਦੀਆਂ ਰੈਲੀਆਂ ਨਹੀਂ ਹੈ, ਔਰ ਉੱਥੇ ਇੱਕ ਜਿਵੇਂ ਇੱਕ ਲੋਕਤੰਤਰਿਕ ਤਰੀਕੇ ਨਾਲ, ਡੈਮੋਕ੍ਰੈਟਿਕ ਤਰੀਕੇ ਨਾਲ ਲੋਕਾਂ ਨੂੰ ਸਵਾਲ ਪੁੱਛਣ ਦੀ, ਉਹਨਾਂ ਨਾਲ ਇੰਟਰੈਕਟ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ, ਉਹ ਨਹੀਂ ਹੈ।
ਇਹ ਬੜੀ ਅਫਸੋਸ ਦੀ ਗੱਲ ਆ। ਸਵਾਲ ਕਦੀ ਵੀ ਇਹੋ ਜਿਹੀਆਂ ਰੈਲੀਆਂ ਦੇ ਵਿੱਚ ਜਾਂ ਕਦੀ ਵੀ ਇਹੋ ਜਿਹੀਆਂ ਮੀਟਿੰਗ ਦੇ ਵਿੱਚ ਪ੍ਰੀ ਸੈਂਸਰਡ ਜਾਂ ਸੈਂਸਰਡ ਨਹੀਂ ਹੋਣੇ ਚਾਹੀਦੇ, ਇੱਕ ਫ੍ਰੀ ਪਲੇ ਹੋਣਾ ਚਾਹੀਦਾ ਵਾ। ਕੋਈ ਸਵਾਲ ਜਿਹੜਾ ਵਾ ਤੁਹਾਨੂੰ ਪਸੰਦ ਵੀ ਆਵੇ, ਨਾ ਪਸੰਦ ਆਵੇ, ਕੋਈ ਕ੍ਰਿਟੀਕਲ ਵੀ ਹੋ ਸਕਦਾ ਵਾ। ਔਰ ਉਹਨਾਂ ਨੇ ਇਹ ਕਿਹਾ ਵਾ ਕਿ ਕਰੀਬ ਕਰੀਬ ਸਾਰੇ ਜਿਹੜੇ ਲੀਡਰ ਉੱਥੇ ਆ ਰਹੇ ਆ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਮਿਲ ਨਹੀਂ ਸਕਦੇ, ਔਰ ਉਹਨਾਂ ਨੂੰ ਤੁਸੀਂ ਪਹਿਲਾਂ ਲਿਖ ਕੇ ਦੇਣਾ ਪੈਂਦਾ ਤੁਸੀਂ ਕੀ ਸਵਾਲ ਪੁੱਛਣਾ ਵਾ। ਇਹ ਮੇਰਾ ਖਿਆਲ ਇਹ ਸਹੀ ਰਵੱਈਆ ਨਹੀਂ ਹੈ। ਸਾਡੀ ਇਸ ਪ੍ਰੋਗਰਾਮ ਦੇ ਜ਼ਰੀਏ ਫੋਰ ਐਗਜ਼ਾਮਪਲ ਇਹ ਕੋਸ਼ਿਸ਼ ਆ ਕਿ ਕੋਈ ਵੀ ਬੰਦਾ, ਕੋਈ ਵੀ ਇਨਸਾਨ, ਕੋਈ ਵੀ ਸ਼ਖਸ, ਕੋਈ ਵੀ ਸਵਾਲ ਪੁੱਛ ਸਕਦਾ ਵਾ। ਸਾਡੀ ਅਸੀਂ ਬਿਲਕੁਲ ਕਿਸੇ ਕਾਲਰ ਨੂੰ ਸੈਂਸਰ ਨਹੀਂ ਕਰਦੇ। ਠੀਕ ਹੈ ਕਿ ਸਾਡੇ ਕੁਝ ਕਾਲਰ ਜਿਹੜੇ ਆ ਉਹ ਰਿਪੀਟ ਕਾਲਰ ਹੁੰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਵਾ ਵੀ ਪਹਿਲਾਂ ਹੀ ਜੇ ਲਾਈਨ 'ਚ ਲੱਗ ਜਾਓ ਤਾਂ ਸ਼ਾਇਦ ਅਸੀਂ ਪਹੁੰਚ ਕਰ ਸਕਾਂਗੇ। ਲੇਕਿਨ ਮੇਰਾ ਖਿਆਲ ਆ ਡੈਮੋਕ੍ਰੇਸੀ ਦੇ ਵਿੱਚ ਡਾਈਸੈਂਟ ਵੀ ਬਹੁਤ ਜ਼ਰੂਰੀ ਆ, ਹਰ ਤਰ੍ਹਾਂ ਦੇ ਸਵਾਲ ਬਹੁਤ ਜ਼ਰੂਰੀ ਆ। ਔਰ ਇਹ ਜਿਹੜੇ ਲੀਡਰ ਆ ਇਹਨਾਂ ਨੇ ਵਾਕਈ ਜੇ ਆਪਣਾ ਕੋਈ ਫਾਇਦਾ ਉਠਾਉਣਾ ਵਾ ਬਾਹਰ ਜਾ ਕੇ NRIs ਨੂੰ ਨਾਲ ਜੋੜਨਾ ਵਾ, ਤਾਂ ਉਹਨਾਂ ਨੂੰ ਉੱਥੇ ਆਪਣੇ ਇਹ ਸੈਂਸਰਡ ਮੀਟਿੰਗਸ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ। ਇੱਥੇ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਇਹ ਮਸਲਾ ਕਿ ਕੀ ਇਹ ਜਿਹੜੇ ਬਾਹਰ ਲੀਡਰ ਜਾਂਦੇ ਇੱਥੋਂ ਬਾਹਰ ਵਾਸਤੇ ਪੰਜਾਬੀਆਂ ਨੂੰ ਆਪਣੇ ਨਾਲ ਜੋੜਨ ਵਾਸਤੇ ਇਹਨਾਂ ਦਾ ਫਾਇਦਾ ਹੋ ਰਿਹਾ, ਇਸ ਲਈ ਕਿ ਆਪਣਾ ਅਮਰਿੰਦਰ ਸਿੰਘ ਬਾਹਰ ਗਏ ਆ, ਉਹਨਾਂ ਦੇ ਵਿਜ਼ਿਟ ਦਾ ਕਾਂਗਰਸ ਨੂੰ ਕਿੰਨਾ ਕੁ ਫਾਇਦਾ ਹੋਊਗਾ, ਇਹ ਮਸਲਾ ਆਪਾਂ ਵਿਚਾਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਤੁਸੀਂ ਸੁਣ ਰਹੇ ਜੇ ਸ਼ੋਅ ਹੈਲੋ ਗਲੋਬਲ ਪੰਜਾਬ, ਅਤੇ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਇੱਥੋਂ ਦੇ ਲੀਡਰ, ਪੰਜਾਬ ਦੇ ਲੀਡਰ ਬਾਹਰ ਵਸਦੇ ਪੰਜਾਬੀਆਂ ਨੂੰ ਆਪਣੇ ਨਾਲ ਜੋੜਨ ਵਾਸਤੇ ਨੌਰਥ ਅਮਰੀਕਾ ਦਾ ਔਰ ਦੂਜੇ ਹਿੱਸਿਆਂ ਦਾ ਦੌਰਾ ਕਰ ਰਹੇ ਆ। ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਆਪਣੀ ਟੀਮ ਦੇ ਨਾਲ, ਕਾਂਗਰਸ ਦੀ ਟੀਮ ਦੇ ਨਾਲ ਨੌਰਥ ਅਮਰੀਕਾ ਪਹੁੰਚੇ ਆ। ਇਸ ਵੇਲੇ ਅਮਰੀਕਾ 'ਚ ਨੇ, ਇਸ ਤੋਂ ਬਾਅਦ ਉਹ ਕੈਨੇਡਾ ਦੇ ਵਿੱਚ ਜਾਣਗੇ। ਅਸੀਂ ਗੱਲ ਕਰ ਰਹੇ ਹਾਂ, ਅਸੀਂ ਵਿਚਾਰ ਕਰ ਰਹੇ ਹਾਂ ਕਿ ਇਹਨਾਂ ਦੌਰਿਆਂ ਦਾ ਪਾਰਟੀਆਂ ਨੂੰ ਔਰ ਲੀਡਰਾਂ ਨੂੰ ਕਿੰਨਾ ਕੁ ਫਾਇਦਾ ਪਹੁੰਚਦਾ ਵਾ। ਦੇਖਦੇ ਹਾਂ ਸਾਡੇ ਜਿਹੜੇ ਕਾਲਰ ਸਾਡੇ ਨਾਲ ਜੁੜੇ ਆ ਉਹ ਕੀ ਵਿਚਾਰ ਸਾਂਝੇ ਕਰਨੇ ਚਾਹੁੰਦੇ ਆ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸ਼ੇਰਗਿੱਲ ਬੋਲਦਾ ਹਾਂ ਕੈਨੇਡਾ ਤੋਂ। ਕੈਨੇਡਾ ਤੋਂ ਕਿਹੜੀ ਜਗ੍ਹਾ ਤੋਂ ਸ਼ੇਰਗਿੱਲ ਸਾਹਿਬ? ਹਾਂਜੀ, ਮੈਂ ਵਾਟਰਲੂ ਚੋਂ ਬੋਲਦਾ ਜੀ। ਵਾਟਰਲੂ ਅੰਟਾਰੀਓ ਸਟੇਟ, ਰਾਈਟ? ਹਾਂਜੀ 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 ਸ਼ੇਰਗਿੱਲ ਜੀ। ਹਾਂਜੀ, ਮੈਂ ਤਾਂ ਜੀ ਇਹੀ ਕਹਿਣਾ ਚਾਹੁੰਦਾ ਕਿ ਅਮਰਿੰਦਰ ਸਿੰਘ ਨੂੰ ਤਾਂ ਕੁਛ ਨਹੀਂ ਮਿਲਣਾ ਹੈਗਾ ਇੱਥੋਂ। ਓਕੇ, ਅਤੇ ਉਹ ਤਾਂ ਐਵੇਂ ਟਾਈਮ ਹੀ ਖਰਾਬ ਕਰਨ ਆਏ ਆ, ਇਹ ਉਹਨਾਂ ਲਈ ਇੱਥੇ ਕੁਛ ਨਹੀਂ ਹੈਗਾ। ਅਤੇ ਤੁਹਾਡੀ ਪਾਰਟੀ ਲਈ ਜ਼ਰੂਰ ਹੈਗਾ ਸਾਰਾ ਕੁਛ। ਬਾਕੀ ਮੈਂ ਇਹ ਪੁੱਛਣਾ ਚਾਹੁੰਦਾ ਸੀ ਵੀ ਤੁਸੀਂ ਆਮ ਪਾਰਟੀ ਦੇ ਵਿੱਚ ਚਲੇ ਗਏ ਆ, ਤੁਹਾਨੂੰ ਵਧਾਈਆਂ ਬਹੁਤ। ਮਿਹਰਬਾਨੀ ਜੀ। ਅਤੇ ਤੁਸੀਂ ਤੁਸੀਂ ਕੋਈ ਲੀਡਰ ਬਣ ਗਏ ਤਾਂ ਤੁਸੀਂ ਸ਼ੋਅ ਜ਼ਰੂਰ ਚਲਾਓਗੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ? ਸ਼ੇਰਗਿੱਲ ਜੀ, ਇਸ ਤਰ੍ਹਾਂ ਵਾ ਸ਼ੋਅ ਦੀ ਤਾਂ ਜੇ ਤੁਸੀਂ ਤੁਹਾਡੇ ਵੱਲੋਂ ਡਿਮਾਂਡ ਹੋਊਗੀ ਤਾਂ ਜ਼ਰੂਰ ਚੱਲੂਗਾ। ਜੇ ਤੁਸੀਂ ਚਾਹੋਗੇ ਕਿ ਨਹੀਂ ਸ਼ੋਅ ਤੁਹਾਨੂੰ ਵੀ ਸੁਣਨਾ ਅਤੇ ਸਾਨੂੰ ਫਿਰ ਘਰ ਬਹਿਣਾ ਪੈਣਾ ਵਾ, ਇਹ 'ਚ ਕੋਈ ਸ਼ੱਕ ਨਹੀਂ। ਨਹੀਂ 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 ਨਹੀਂ, ਅਸੀਂ ਤਾਂ ਡਿਮਾਂਡ ਕਰਦੇ ਹਾਂ ਇਸ ਕਰਕੇ ਤਾਂ ਸਾਨੂੰ ਪਹਿਲਾਂ ਹੀ ਫਿਕਰ ਪਿਆ ਗਿਆ ਵੀ ਤੁਸੀਂ ਸ਼ੋਅ 'ਤੇ ਚੱਲਦੇ ਰਹੋ, ਕਿਉਂਕਿ ਇਹ ਤੁਹਾਡਾ ਹੀ ਇੱਕ ਚੰਗਾ ਸ਼ੋਅ ਆ ਜਿਹਦੇ ਵਿੱਚ ਅਸੀਂ ਲਾਈਵ ਗੱਲ ਕਰ ਸਕਦੇ ਹਾਂ। ਹੋਰ ਕਿਉਂਕਿ ਤੁਹਾਡੀ ਜਿਹੜੀ ਨੇਚਰ ਆ ਇਹ ਬਹੁਤ ਚੰਗੀ ਨੇਚਰ ਆ, ਇਸ ਕਰਕੇ ਅਸੀਂ ਇਸੇ ਚੈਨਲ 'ਤੇ ਗੱਲ ਕਰ ਸਕਦੇ ਹਾਂ। ਮਿਹਰਬਾਨੀ ਮਿਹਰਬਾਨੀ, ਕੋਸ਼ਿਸ਼ ਜ਼ਰੂਰ ਕਰਾਂਗੇ ਜੀ। ਪੋਪੂਲਰ ਡਿਮਾਂਡ ਜਿਵੇਂ ਰਹੀ, ਇਨਫੈਕਟ ਹੁਣ ਵੀ ਇਹ ਸ਼ੋਅ ਜਿਹੜਾ ਵਾ ਤੁਹਾਡੀ ਪੋਪੂਲਰ ਡਿਮਾਂਡ ਦੇ ਉੱਤੇ ਹੀ ਚੱਲ ਰਿਹਾ ਵਾ। ਬਾਕੀ ਤੁਸੀਂ ਗੱਲ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦੌਰੇ ਦੇ ਵਿੱਚ ਕੋਈ ਬਹੁਤਾ ਫਾਇਦਾ ਨਹੀਂ ਹੋਣਾ। ਮੈਨੂੰ ਯਾਦ ਆ ਗਿਆ ਇੱਕ ਅੰਗਰੇਜ਼ੀ ਦੀ ਕਹਾਵਤ ਆ, ਨੈਪੋਲੀਅਨ ਜਿਹੜੇ ਯੂਰਪ ਦੇ ਲੀਡਰ ਸਨ ਉਹਨਾਂ ਨੂੰ ਆਪਣਾ ਜਿਹੜਾ ਬੜਾ ਤਕੜੇ ਸਟਰੋਂਗ ਲੀਡਰ ਸਨ, ਬਟ ਹੀ ਮੈਟ ਇਜ ਵਾਟਰਲੂ ਇਨ ਦੀ ਬੈਟਲ ਆਫ ਵਾਟਰਲੂ। ਉਹਦਾ ਕਹਿਣ ਦਾ ਮਤਲਬ ਇਹ ਆ ਵੀ ਉਹਨਾਂ ਨੇ ਫਾਈਨਲੀ ਉਹਨਾਂ ਦਾ ਜਿਹੜਾ ਡਾਊਨਫਾਲ ਸੀ ਉਹ ਵਾਟਰਲੂ ਦੀ ਲੜਾਈ ਦੇ ਵਿੱਚ ਹੀ ਹੋਇਆ। ਔਰ ਤੁਸੀਂ ਵਾਟਰਲੂ ਤੋਂ ਬੋਲ ਰਹੇ ਜੇ, ਔਰ ਵਾਟਰਲੂ ਤੋਂ ਤੁਸੀਂ ਔਰ ਤੁਸੀਂ ਕਹਿ ਰਹੇ ਜੇ ਕਿ ਅਮਰਿੰਦਰ ਸਿੰਘ ਦਾ ਇਹ ਦੌਰੇ ਦਾ ਕੋਈ ਫਾਇਦਾ ਨਹੀਂ ਹੋਣਾ ਐਂਡ ਹੀ ਵਿਲ ਮੀਟ ਇਜ਼ ਵਾਟਰਲੂ, ਠੀਕ ਹੈ ਗੱਲ? ਹਾਂਜੀ 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 ਜੀ, ਇਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ। ਮਿਹਰਬਾਨੀ ਮਿਹਰਬਾਨੀ।
ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ, ਮੈਂ ਗੁਰਮੇਲ ਸਿੰਘ ਕਲਾਰ ਬੋਲ ਰਿਹਾ ਜੀ, ਅੰਟਾਰੀਓ ਤੋਂ। ਹਾਂਜੀ ਹਾਂਜੀ ਗੁਰਮੇਲ ਸਿੰਘ ਜੀ। ਹਾਂਜੀ, ਇਹ ਸਾਰੇ ਕਾਲਰ ਗੱਲਾਂ ਕਰ ਰਹੇ ਨੇ, ਆਪੋ ਆਪਣੇ ਵਿਚਾਰ ਦੱਸ ਰਹੇ ਨੇ, ਬੜੇ ਵਧੀਆ ਜੀ। ਪਰ ਇਹ ਬਾਹਲਾ ਜਾਣ ਦੀ, ਦੂਰ ਜਾਣ ਦੀ ਲੋੜ ਨਹੀਂ, 2-4 ਦਿਨਾਂ ਦੇ ਵਿੱਚ ਆਪਣੇ ਸਾਹਮਣੇ ਆ ਜਾਣਾ ਵੀ ਕੀ ਬਣਦਾ ਕੀ ਨਹੀਂ। ਦੂਸਰੀ ਗੱਲ ਕਿ ਕੈਪਟਨ ਅਮਰਿੰਦਰ ਸਿੰਘ ਦਾ ਫਿਰ ਵੀ ਪੰਜਾਬੀਆਂ ਦੇ ਵਿੱਚ ਰਸੂਖ ਹੈਗਾ ਜੀ, ਉਹਨਾਂ ਦੇ ਵੇਲੇ ਕਿਸਾਨੀ ਨਹੀਂ ਰੁਲੀ ਮੰਡੀਆਂ ਦੇ ਵਿੱਚ ਜੀ, ਉਹਨਾਂ ਦੇ ਵੇਲੇ ਕਿਸਾਨੀ ਨਹੀਂ ਰੁਲੀ, ਉਹ ਯੁਰਪ ਰੱਖਦੇ ਨੇ ਗੱਲ ਕਰਨ ਦੀ ਜੀ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਇੱਥੋਂ ਕੁਛ ਲੈ ਕੇ ਜਾਣਗੇ ਕਿ ਨਹੀਂ ਲੈ ਕੇ ਜਾਣਗੇ, ਪਰ ਉਹ ਯੁਰਪ ਰੱਖਦੇ ਨੇ, ਪਾਣੀ ਦੇ ਮਸਲੇ ਤੇ ਯੁਰਪ ਰੱਖੀ, ਉਹਨਾਂ ਦੇ ਮਸਲੇ 'ਚ ਕਿਸਾਨੀ ਨਹੀਂ ਰੁਲੀ, ਜਿੰਨਾ ਚਿਰ ਰਾਜ ਕੀਤਾ ਯੁਰਤ ਨਾ ਕੀਤਾ, ਪੇ ਪੁੱਤ ਨੂੰ ਫੜ ਕੇ ਅੰਦਰ ਕੀਤਾ ਯੁਰਤ ਨਾ ਕੀਤਾ, ਚਾਹੇ ਇੱਕ ਰਾਤ ਹੀ ਕਟਾਈ। ਇਸ ਕਰਕੇ ਉਹਨਾਂ ਦਾ ਕੁਛ ਖੁਦ ਬੜੇ ਵਧੀਆ ਬੁਲਾਰੇ ਨੇ, ਉਹਨਾਂ ਦਾ ਰਸੂਖ ਹੈਗਾ ਪੰਜਾਬੀਆਂ 'ਚ। ਇਹਦੇ ਨਾਲ ਇੱਕੋ ਹੀ ਗੱਲ ਦੇਖਣ ਵਾਲੀ ਬਣਨੀ ਹੈ ਜੀ ਸੰਧੂ ਭਾਜੀ, ਕਿ ਆਪ ਨੂੰ ਵੀ ਪੱਬਾ ਭਾਰ ਹੋ ਜਾਣਾ ਚਾਹੀਦਾ। ਹੁਣ ਇਹ ਨਾ ਸਮਝਿਓ ਕਿ ਸਾਡਾ ਮਜ਼ਬੂਰ, ਅਸੀਂ ਜਿੱਤੇ ਹੀ ਪਏ ਹਾਂ। ਮੈਂ ਮੰਨਦਾ ਅਸੀਂ ਆਪ ਆਦਮੀ ਪਾਰਟੀ ਦੇ ਨਾਲ ਹਾਂ, ਪਰ ਕੈਪਟਨ ਦੇ ਆਉਣ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੀ ਪੱਬਾ ਭਾਰ ਹੋਣਾ ਚਾਹੀਦਾ। ਜਿੰਨਾ ਜ਼ੋਰ ਲੱਗਦਾ ਜੀ ਤੁਸੀਂ ਲਾ ਲਓ, ਕਿਉਂਕਿ ਉਹ ਵੀ ਲਾ ਰਹੇ ਨੇ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ, ਇਹਨਾਂ ਨਾਲ ਅਕਾਲੀਆਂ ਵਾਲੀ ਗੱਲਬਾਤ ਨਹੀਂ ਹੋਣੀ, ਜੋ ਕੁਛ ਅਕਾਲੀਆਂ ਨਾਲ ਇੱਥੇ ਹੋਇਆ ਨਾ, ਇਹਨਾਂ ਨਾਲ ਉਹ ਗੱਲਬਾਤ ਨਹੀਂ ਜੀ ਹੋਣੀ ਇਹਨਾਂ ਦਾ, ਕਿਉਂਕਿ ਰਸੂਖ ਹੈਗਾ ਲੋਕੀ ਇਹਨਾਂ ਨੂੰ ਵਿੱਚੋਂ, ਤਕਰੀਬਨ ਜੇ ਜ਼ਿਆਦਾ ਨਹੀਂ 100 ਦੇ ਵਿੱਚ 40% ਲੋਕ ਚਾਹੁੰਦੇ ਆ। ਪਰ ਉਹਦੇ ਦਾ ਕਾਰਨ ਮੇਨ ਇਹੀ ਆ ਕਿ ਯੁਰਤ ਵਾਲੇ ਲੀਡਰ ਨੇ, ਜੋ ਕਹਿੰਦੇ ਨੇ ਉਹ ਕਈ ਵਾਰੀ ਕਰਕੇ ਦਿਖਾ ਦਿੰਦੇ ਨੇ, ਭਾਵੇਂ ਕਹਿੰਦੇ ਕਦੇ ਹੀ ਨਹੀਂ ਪਰ ਕਰਕੇ ਦਿਖਾ ਦਿੰਦੇ ਨੇ। ਬਿਲਕੁਲ ਸਹੀ ਕਿਹਾ ਤੁਸੀਂ ਗੁਰਮੇਲ ਸਿੰਘ ਜੀ, ਬਿਲਕੁਲ ਸਹੀ ਕਿਹਾ, ਰਸੂਖ ਰੱਖਦੇ ਆ। ਕਈ ਮਸਲਿਆਂ ਦੇ ਵਿੱਚ ਉਹਨਾਂ ਦਾ ਬੜਾ ਪੋਜ਼ਿਟਿਵ ਰੋਲ ਆ, ਹਾਲੀ ਮੈਂ ਭਾਵੇਂ ਦੂਜੀ ਪਾਰਟੀ ਨਾਲ ਜੁੜਿਆ, ਪਰ ਮੈਂ ਇਹ ਮੰਨਦਾ ਵਾਂ ਕਿ ਪਾਣੀਆਂ ਦੇ ਮਸਲੇ 'ਤੇ ਉਹਨਾਂ ਦਾ ਸਟੈਂਡ ਜਿਹੜਾ ਸ਼ਲਾਘਾਯੋਗ ਸੀ, ਪ੍ਰੋਕਿਓਰਮੈਂਟ ਵੇਲੇ ਅਨਾਜ ਮੰਡੀਆਂ ਦੇ ਵਿੱਚ ਨਹੀਂ ਰੁਲਿਆ, ਇਹ ਵੀ ਸਹੀ ਆ। ਇਹਦੇ ਨਾਲ ਨਾਲ ਲੋਕ ਉਹਨਾਂ ਨੂੰ ਫੀਲ ਕਰਦੇ ਆ ਕਿ ਉਹ ਲੋਕਾਂ ਕਿਸਾਨਾਂ ਦੇ ਹਿੱਤ ਦੀ ਗੱਲ ਕਰਦੇ ਆ, ਉਸ ਵੇਲੇ ਇੰਡਸਟਰੀ ਵੀ ਜਿਹੜੀ ਬਾਅਦ 'ਚ ਇੰਡਸਟਰੀ ਦੀ ਹਾਲਤ ਹੋਈ ਉਹ ਨਹੀਂ ਹੋਈ, ਲੇਕਿਨ ਭ੍ਰਿਸ਼ਟਾਚਾਰ ਵਰਗੇ ਜਿਹੜੇ ਮਸਲੇ ਸੀਗੇ ਉਹ ਉਦੋਂ ਵੀ ਉਸੇ ਤਰ੍ਹਾਂ ਹੀ ਰਹੇ, ਔਰ ਸ਼ਾਇਦ ਜਿਹੋ ਜਿਹੀ ਚੇਂਜ ਲੋਕ ਚਾਹੁੰਦੇ ਆ ਸ਼ਾਇਦ ਉਹ ਨਹੀਂ ਲਿਆ ਸਕਦੇ। ਇਹ ਸਹੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੂੰ ਜਾਂ ਕਿਸੇ ਪਾਰਟੀ ਨੂੰ ਇਹ ਕਦੀ ਨਹੀਂ ਸੋਚਣਾ ਚਾਹੀਦਾ ਵੀ ਹੁਣ ਜਿਹੜੀ ਜਿੱਤ ਆ ਸਾਡੇ ਸਾਹਮਣੇ ਪਈ ਆ, ਥਾਲੀ 'ਚ ਸਾਨੂੰ ਪਰੋਸ ਕੇ ਮਿਲਣੀ ਆ, ਵਾਕਈ ਪਾਰਟੀਆਂ ਨੂੰ ਮਿਹਨਤ ਕਰਨੀ ਪੈਣੀ ਆ, ਜਿਵੇਂ ਭਾਈ ਸਾਹਿਬ ਨੇ ਕਿਹਾ, ਗੁਰਮੇਲ ਸਿੰਘ ਜੀ ਨੇ ਕਿਹਾ ਕਿ ਪੱਬਾਂ ਪਾਰ ਆਉਣਾ ਪੈਣਾ ਵਾ, ਇਹ ਬਿਲਕੁਲ ਸਹੀ ਗੱਲ ਆ। ਔਰ ਇਸ ਦੌਰੇ ਦਾ ਉਹਨਾਂ ਨੂੰ ਫਾਇਦਾ ਜ਼ਰੂਰ ਹੋਊਗਾ, ਉਨਾ ਫਾਇਦਾ ਸ਼ਾਇਦ ਨਾ ਹੋਵੇ ਜਿੰਨਾ ਬਾਕੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਹੋ ਰਿਹਾ ਵਾ, ਲੇਕਿਨ ਫਾਇਦਾ ਉਹਨਾਂ ਦੇ ਹਿਸਾਬ ਨਾਲ ਜ਼ਰੂਰ ਹੋਊਗਾ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਕੀ ਕਹਿਣਾ ਚਾਹੁੰਦੇ। ਹੈਲੋ, ਹੈਲੋ, ਹਾਂਜੀ ਸੰਧੂ ਸਾਹਿਬ, ਕੀ ਹਾਲ ਜੀ? ਹਾਂਜੀ ਹਾਂਜੀ ਪ੍ਰਗਟ ਜੀ, ਬਿਲਕੁਲ ਠੀਕ ਹੈ ਜੀ, ਮਿਹਰਬਾਨੀ। ਇੱਦਾਂ ਜੀ, ਅਜੇ ਬਹੁਤ ਲੰਬਾ ਸਮਾਂ ਰਿਹਾ ਵਾ, ਅਜੇ ਸਾਰੇ ਵਿਚਾਰ ਆਪਣੇ ਆਪਣੇ ਦੱਸਣ ਆਉਂਦੇ ਆ, ਪਤਾ ਨਹੀਂ ਕੀ ਬਣਨਾ। ਜਿਹੜੇ ਤੁਹਾਡੇ ਵਰਗੇ ਪੜ੍ਹੇ ਲਿਖੇ ਸੂਝਵਾਨ ਲੋਕ ਆ, ਦੁਖੀ ਦੋਵਾਂ ਪਾਰਟੀਆਂ ਤੋਂ ਇੰਨੇ ਜ਼ਿਆਦਾ ਆ ਕਿ ਉਹ ਸਾਰੇ ਹੀ ਚਾਹੁੰਦੇ ਆ ਵੀ ਚੇਂਜ ਆਵੇ ਜੀ। ਅਤੇ ਇੱਥੇ ਵੀ ਲੋਕ, ਤੁਸੀਂ ਜਦੋਂ ਵੇਖਿਆ 10 ਸਾਲ ਹੋ ਗਏ, ਜਦੋਂ ਜਾਂਦੇ ਆ ਘੁੱਟ ਖਾ ਕੇ ਆਉਂਦੇ ਆ, ਪਰਚੇ ਹੁੰਦੇ ਆ, ਜਾਇਦਾਦਾਂ ਦੀਆਂ ਇੰਨੀਆਂ ਅਰਬਾਂ ਦੀਆਂ ਜਾਇਦਾਦਾਂ ਬਣਾਈਆਂ, ਐਡੀਆਂ ਐਡੀਆਂ ਕੋਠੀਆਂ ਬਣਾਈਆਂ, ਅਤੇ ਉਹ ਖੋ ਮਾਈ ਹੋਣ ਡਈ ਹੈ ਸਾਰੀ ਦੁਨੀਆ ਬਾਹਰ ਦੀ। 50 ਲੱਖ ਬੰਦੇ ਦਾ, 50 ਲੱਖ ਬੰਦਾ ਹੀ ਬੜਾ ਦੁਖੀ ਆ। ਪਰ ਫਿਰ ਮੁਸ਼ਕਿਲ ਗਾੜੀ ਇਹ ਆਈਂਦੀ, ਜਿਹੜੇ ਬੰਦੇ ਆਪਣੀਆਂ ਪਾਰਟੀਆਂ ਨਾਲ ਜੁੜੇ ਆ, ਜਾਂ ਕੈਪਟਨ ਸਾਹਿਬ ਨਾਲ ਜੁੜੇ ਆ, ਜਾਂ ਬਾਦਲ ਸਾਹਿਬ ਨਾਲ ਜੁੜੇ ਆ, ਉਹਨਾਂ ਆ ਧਾ 'ਤੇ ਮੁੜ ਕੇ ਉੱਧਰ ਹੀ ਹੋ ਜਾਣਾ ਹੁੰਦਾ। ਪਰ ਜੇ ਚੇਂਜ ਹੋ ਜਾਏ ਤਾਂ ਬਹੁਤ ਵਧੀਆ ਗੱਲ ਹੈ ਜੀ। ਪਰ ਕੈਪਟਨ ਨੂੰ ਲੋਕ ਅੱਜ ਵੀ ਯਾਦ ਕਰਦੇ, ਤੁਹਾਡੇ ਪੁਰਾਣੇ ਪਿੰਡ ਅਟਾਰੀ ਲਾਗੇ ਤੱਕ ਲੋਕਾਂ ਦੀ ਜ਼ਮੀਨ ਜਿਹੜੀ ਸੀ, ਕਰੋੜ ਕਰੋੜ ਨੂੰ ਕਿੱਲਾ ਵਿਕ ਗਿਆ ਬਾਰਡਰ ਅਟਾਰੀ ਤੇ ਵੀ ਜੀ ਜੀ। ਅੱਜ ਹੁਣ ਜਿਹੜੀਆਂ 40 ਜਾਂ 30 ਲੱਖ ਨੂੰ ਪੈਲੀ ਵਿਕਦੀ, ਅੱਜ ਉਹ 15-20 ਲੱਖ ਹੋ ਗਈ ਹੈ। ਲੋਕੀ ਬੜੇ ਦੁਖੀ ਆ ਬਾਦਲਾਂ ਤੋਂ, ਇਹਨਾਂ ਨੂੰ
ਅੱਗੇ ਲਿਆ ਵੀ ਸਕਦੇ ਤੇ ਨਹੀਂ ਵੀ, ਇਹ ਆਪ ਵਾਲਿਆਂ ਦੀ ਕਮਜ਼ੋਰੀ ਆ, ਜੇ ਇਕੱਠੇ ਹੋ ਕੇ ਲੜ ਗਏ ਕਿਤੇ ਮਨਪ੍ਰੀਤ ਵਾਂਗੂ ਇਹ ਨਾ ਹੋਵੇ ਵੀ ਨਾਲੋਂ ਲੱਥਦੇ ਗਏ ਫਿਰ ਭਾਵੇਂ ਮੁਸ਼ਕਿਲ ਆਵੇ ਨੇ, ਤੇ ਅੱਜ ਜਿਹੜੀ ਹਵਾ ਉਹ ਆਮ ਪਾਰਟੀ ਦੀ ਨਹੀਂ, ਇਹਨਾਂ ਦੇ ਵਿਰੋਧੀ ਇਹਨਾਂ ਦੇ ਦੋਵਾਂ ਪਾਰਟੀਆਂ ਦਾ, ਉਹਦਾ ਵਾ ਆਮ ਪਾਰਟੀ ਦਾ ਤੇ ਅਜੇ ਪੰਜਾਬ 'ਚ ਵੇਖਿਆ ਕੁਝ ਨਹੀਂ, ਪਰ ਇਹਨਾਂ ਦੀ ਵਿਰੋਧਤਾ ਕਰਕੇ ਤੇ ਉਹ ਆਮ ਪਾਰਟੀ ਵੱਲ ਹੋਣਾ ਚਾਹੁੰਦੇ ਆ, ਅਜੇ ਹੋਣਾ ਚਾਹੁੰਦੇ ਅਜੇ ਹੋ ਨਹੀਂ ਗਏ ਲੋਕੀ, ਇਸ ਕਰਕੇ ਅਜੇ ਬਹੁਤ ਲੰਮਾ ਸਮਾਂ 8-10 ਮਹੀਨੇ ਵੇਖੋ ਕੀ ਬਣਦਾ, ਪਰ ਲੋਕੀ ਸਾਰੇ ਦੁਖੀ ਆ, ਬਾਦਲਾਂ ਤੋਂ ਵੀ, ਕਾਂਗਰਸ ਖੁਦ ਪਾਰਟੀ ਤੋਂ ਉਹਨੇ ਕੈਪਟਨ ਤੋਂ ਦੁਖੀ ਨਹੀਂ ਗਏ ਜੀ, ਇਸ ਕਰਕੇ ਟੀਮ ਵਰਕ ਆ, ਜਿਸ ਤਰ੍ਹਾਂ ਤੁਸੀਂ ਹੁਣ ਰਲੇ ਜੇ ਹੋਰ ਚੰਗੇ ਚੰਗੇ ਬੰਦੇ ਰਲਦੇ ਗਏ, ਇਹਨਾਂ ਦੀਆਂ ਜਿਹੜਾ ਚੋਣ ਮੈਨੀਫੈਸਟੋ ਬਣਨਾ ਵਾ ਆਪ ਪਾਰਟੀ ਦਾ, ਉਹ 'ਤੇ ਡਿਪੈਂਡ ਕਰਨਾ ਕਿ ਕਿੰਨੇ ਲੋਕ ਗਰੀਬ ਜਨਤਾ ਨਾਲ ਰਲਦੀ ਹੈ ਜੀ। ਧੰਨਵਾਦ, ਮਿਹਰਬਾਨੀ ਮਿਹਰਬਾਨੀ, ਬਿਲਕੁਲ ਸਹੀ ਕਿਹਾ, ਪੁਰਾਣੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਵਾ ਜਿਵੇਂ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਮੁਕਾਬਲੇ ਆਮ ਆਦਮੀ ਪਾਰਟੀ ਨੂੰ ਜ਼ਰੂਰ ਫਾਇਦਾ ਵਾ, ਇੱਕ ਐਡਵਾਂਟੇਜ ਆ, ਆਪ ਆਮ ਆਦਮੀ ਪਾਰਟੀ ਉੱਪਰ ਪਿਛਲੇ ਸਾਲਾਂ ਦਾ ਕੋਈ ਬੋਝ ਨਹੀਂ, ਕੋਈ ਬੈਗੇਜ ਨਹੀਂ ਹੈ, ਸ਼ਾਇਦ ਇਹੋ ਹੀ ਕਾਰਨ ਹੈ ਕਿ ਲੋਕਾਂ ਦਾ ਖਾਸ ਕਰਕੇ ਬਾਹਰ ਵਸਦੇ ਪੰਜਾਬੀਆਂ ਦਾ ਆਮ ਆਦਮੀ ਪਾਰਟੀ ਪ੍ਰਤੀ ਰਵੱਈਆ ਜਿਹੜਾ ਵਾ ਉਹ ਹਮਦਰਦੀ ਵਾਲਾ ਵਾ। ਪਿਛਲੇ 1 ਸਾਲ ਦੀ ਆਮ ਆਦਮੀ ਪਾਰਟੀ ਦੀ ਦਿੱਲੀ 'ਚ ਕਾਰਗੁਜ਼ਾਰੀ ਨੇ ਵੀ ਲੋਕਾਂ ਨੂੰ ਆਪ ਨਾਲ ਕਾਫੀ ਹੱਦ ਤੱਕ ਜੋੜਿਆ ਵਾ। ਇਸ 'ਚ ਕੋਈ ਸ਼ੱਕ ਨਹੀਂ ਕਿ ਬਹੁਤੇ ਬਾਹਰ ਵਸਦੇ ਪੰਜਾਬੀਆਂ ਦੀ ਪੰਜਾਬ 'ਚ ਵੋਟ ਵੀ ਨਹੀਂ ਆ, ਪਰ ਹੁਣ ਕਰੀਬ ਕਰੀਬ ਹਰ ਪਰਿਵਾਰ 'ਚੋਂ ਲੋਕ ਬਾਹਰ ਗਏ ਹੋਏ ਨੇ, ਸੋ ਗੱਲਬਾਤ ਦੇ ਜ਼ਰੀਏ ਐਨਰਾਈਜ਼ ਇੱਥੋਂ ਦੀ ਜਿਹੜੀ ਰਾਜਨੀਤੀ ਆ ਉਹਦੇ 'ਤੇ ਪ੍ਰਭਾਵ ਜ਼ਰੂਰ ਪਾਉਂਦੇ ਆ। ਬਾਹਰ ਵਸਦੇ ਪੰਜਾਬੀ ਬਹੁਤ ਪੈਸਾ, ਜ਼ਿਆਦਾ ਪੈਸਾ ਤਾਂ ਨਹੀਂ ਉਹਨਾਂ ਕੋਲ, ਪਰ ਥੋੜ੍ਹੀ ਬਹੁਤ ਆਰਥਿਕ ਮਦਦ ਵੀ ਕਰਦੇ ਆ। ਬਾਹਰ ਵਸਦੇ ਪੰਜਾਬੀਆਂ ਦਾ ਆਪ ਨਾਲ ਜੁੜਨ ਦਾ ਇੱਕ ਹੋਰ ਕਾਰਨ ਵੀ ਆ, ਜਦੋਂ ਉਹ ਪੰਜਾਬ ਦੀ ਸਥਿਤੀ ਦੀ ਤੁਲਨਾ ਬਾਹਰਲੇ ਮੁਲਕਾਂ ਨਾਲ ਕਰਦੇ ਆ ਤਾਂ ਉਹਨਾਂ ਨੂੰ ਲੱਗਦਾ ਵਾ ਕਿ ਪੰਜਾਬ 'ਚ ਅਤੇ ਮੁਲਕ 'ਚ ਜੇ ਚੇਂਜ ਲਿਆਉਣਾ ਵਾ, ਜੇ ਚੇਂਜ ਆ ਸਕਦਾ ਵਾ ਅਤੇ ਉਹ ਜੇ ਨਵਾਂਪਣ ਲਿਆਉਣਾ ਵਾ ਤਾਂ ਉਹ ਸ਼ਾਇਦ ਇਹ ਰਵਾਇਤੀ ਪਾਰਟੀਆਂ ਜਿਹੜੀਆਂ ਵਾ ਇਹ ਨਹੀਂ ਲਿਆ ਸਕਦੀਆਂ, ਇਹਨਾਂ 'ਤੇ ਉਹਨਾਂ ਨੂੰ ਭਰੋਸਾ ਨਹੀਂ। ਨਿੱਜੀ ਤੌਰ 'ਤੇ ਬਹੁਤ ਸਾਰੇ ਪੰਜਾਬੀ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਇਹਨਾਂ ਪ੍ਰਤੀ ਨਰਮ ਰਵੱਈਆ ਰੱਖਦੇ 'ਚ ਕੋਈ ਸ਼ੱਕ ਨਹੀਂ, ਜਿਵੇਂ ਕਈ ਕਾਲਰਸ ਨੇ ਕਿਹਾ, ਪਰ ਕਿਉਂਕਿ ਉਹਨਾਂ ਵਾਸਤੇ ਉਹ ਇੱਕ ਕਾਂਗਰਸ ਦੇ ਨਾਲ ਜੁੜੇ ਆ, ਕਾਂਗਰਸ ਵਰਗੀ ਪਾਰਟੀ ਦੇ ਨਾਲ ਜੁੜੇ ਆ, ਉਹਨਾਂ ਦੇ ਸਰਪ੍ਰਸਤ ਆ, ਸੋ ਇਹ ਇੱਕ ਤਰੀਕੇ ਦਾ ਬੈਗੇਜ ਬੋਝ ਉਹਨਾਂ ਨੇ ਆਪਣੇ ਉੱਤੇ ਚੁੱਕਿਆ ਵਾ। ਸੋ ਇਸ ਕਰਕੇ ਹਾਲੀ ਜਿਵੇਂ ਪ੍ਰਗਟ ਸਿੰਘ ਬਾਲ ਉਹਨਾਂ ਨੇ ਕਿਹਾ, ਕਾਫੀ ਦੇਰ ਆ ਹਾਲੀ 'ਚ ਉਹਨਾਂ ਨੂੰ, ਸੋ ਹਾਲੀ ਕਾਫੀ ਚੇਂਜਸ ਆ ਸਕਦੀਆਂ ਵਾ, ਮਿਹਨਤ ਕਰਨੀ ਪਊਗੀ। ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ 2012 ਦੇ ਵਿੱਚ ਮੌਕਾ ਜਿਹੜਾ ਸੀ ਉਹ ਉਹਨਾਂ ਤੋਂ ਖੁੱਸ ਗਿਆ ਸੀ, ਉਹਦਾ ਫਾਇਦਾ ਨਹੀਂ ਉਠਾ ਸਕੇ, ਸੋ ਆਮ ਆਦਮੀ ਪਾਰਟੀ ਨੇ ਜੇ ਮਿਹਨਤ ਨਾ ਕੀਤੀ ਤਾਂ ਇਹ ਮੌਕਾ ਵਾਕਈ ਇਹਨਾਂ ਤੋਂ ਵੀ ਖੁੱਸ ਸਕਦਾ, ਸੋ ਉਹਨਾਂ ਨੂੰ ਮਿਹਨਤ ਕਰਨ ਦੀ ਲੋੜ ਹੈ, ਇਕੱਠੇ ਹੋਣ ਦੀ ਲੋੜ ਆ। ਕੁਝ ਸੱਜਣ ਹੋਰ ਵੀ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦੇ ਕੀ ਵਿਚਾਰ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ, ਗੁਰਚਰਨ ਬੋਲਦੀ ਹਾਂ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਗੁਰਚਰਨ ਜੀ, ਬੜੇ ਦਿਨਾਂ ਬਾਅਦ ਕਾਲ ਕੀਤੀ ਤੁਸੀਂ। ਹਾਂਜੀ ਵੀਰ ਜੀ, ਉਹ ਜਿਹੜਾ ਤੁਸੀਂ ਕਲਿੱਪ ਦੀ ਗੱਲ ਕਰਦੇ ਹੋ ਬਈ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਸਟੂਡੈਂਟ ਸਵਾਲ ਪੁੱਛਦਾ ਬਈ ਤੁਸੀਂ ਤੁਹਾਡੀ ਵਿਧਾਨ ਸਭਾ 'ਚ ਤੇ ਲੋਕ ਸਭਾ 'ਚ ਹਾਜ਼ਰੀ ਬਹੁਤ ਘੱਟ ਆ, ਉਹ ਮੈਂ ਵੀ ਦੇਖਿਆ ਸੀ, ਪਰ ਜਦੋਂ ਸਵਾਲ ਪੁੱਛਦਾ ਉਹਦੇ ਸਾਰੇ ਸਵਾਲਾਂ ਤੋਂ ਬਾਅਦ ਉਹ ਕਲਿੱਪ ਬੰਦ ਹੋ ਜਾਂਦਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਜਵਾਬ ਨਹੀਂ ਮੈਂ ਸੁਣਿਆ, ਉਹ ਤੁਸੀਂ ਦੱਸੋਗੇ ਫਿਰ ਇਹਨਾਂ ਨੇ ਕੀ ਜਵਾਬ ਦਿੱਤਾ? ਉਹ ਗੋਲਮੋਲ ਜਿਹਾ ਜਵਾਬ ਸੀ ਜੀ, ਉਹਨਾਂ ਨੇ ਇਹੋ ਹੀ ਕਿਹਾ ਵੀ ਮੈਂ ਤਾਂ ਹਮੇਸ਼ਾ ਹੀ, ਮੈਨੂੰ ਪਾਰਟੀ ਨੇ ਜ਼ੋਰ ਪਾ ਕੇ ਇੱਕ ਇਲੈਕਸ਼ਨ ਲੜਾਈ ਫਿਰ ਦੂਜੀ ਲੜਾਈ, ਮੈਂ ਤਾਂ ਹਮੇਸ਼ਾ ਹੀ ਉਹਨਾਂ ਨੂੰ ਕਹਿੰਦਾ ਰਿਹਾ ਜੀ ਮੈਂ ਇੰਟਰਸਟਿਡ ਨਹੀਂ, ਮੈਂ ਤਾਂ ਪੰਜਾਬ ਦੇ ਹਿੱਤ ਵਾਸਤੇ ਹੀ, ਮੈਂ ਪੰਜਾਬ ਦੇ ਵਾਸਤੇ ਹੀ ਗੱਲ ਕਰਨੀ ਚਾਹੁੰਦਾ, ਮੈਂ ਪੰਜਾਬ 'ਚ ਹੀ ਰਹਿਣਾ ਚਾਹੁੰਦਾ ਵਾਂ। ਉਹਨਾਂ ਨੇ ਕਿਹਾ ਨਹੀਂ ਮੇਰੇ ਵਾਸਤੇ, ਸੋਨੀਆ ਗਾਂਧੀ ਨੇ ਕਿਹਾ ਨਹੀਂ ਮੇਰੇ ਵਾਸਤੇ ਤੁਸੀਂ ਇਲੈਕਸ਼ਨ ਲੜ ਲਓ ਅਤੇ ਇਸ ਕਰਕੇ ਇਲੈਕਸ਼ਨ ਲੜ ਲਈ, ਕੋਈ ਬਹੁਤਾ ਸੈਟਿਸਫੈਕਟਰੀ ਜਵਾਬ ਨਹੀਂ ਸੀਗਾ।
ਉਹਨਾਂ ਨੇ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਿਹੜੇ ਉਹ ਸਟੂਡੈਂਟ ਨੇ ਪੁਆਇੰਟ ਰੇਜ਼ ਕੀਤੇ ਸੀਗੇ, ਮੇਰੇ ਖਿਆਲ ਬੜੇ ਵੈਲਿਡ ਨੇ, ਬੜੇ ਵੈਲਿਡ। ਮੈਂ ਪੂਰਾ ਸੁਣਿਆ ਸੋਸ਼ਲ ਮੀਡੀਆ ਤੇ ਹੈਗਾ, ਮੈਂ ਪੂਰਾ ਸੁਣਿਆ, ਉਹਨੇ ਕਿਹਾ ਵੀ ਪਟਿਆਲੇ ਦੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ, ਫਿਰ ਤੁਸੀਂ ਅੰਮ੍ਰਿਤਸਰ 'ਚ ਚਲੇ ਗਏ ਜੀ, ਸਭ ਬਹੁਤ ਸੋਹਣਾ ਉਹਨੇ ਪੁੱਛਿਆ ਜੀ। ਸੋ ਬਹੁਤ ਚੰਗੀ ਤਰ੍ਹਾਂ ਸਪਸ਼ਟ ਜਵਾਬ ਨਹੀਂ ਦੇ ਸਕੇ ਕੈਪਟਨ ਅਮਰਿੰਦਰ ਸਿੰਘ। ਹਾਂਜੀ, ਪਰ ਜੇ ਜਿਹੜੀ ਹੁਣ ਕੈਪਟਨ ਬਾਰੇ ਕੁਛ ਪੋਜ਼ਿਟਿਵ ਗੱਲਾਂ ਵੀ ਹੈਗੀਆਂ, ਜਦੋਂ 84 ਦਾ ਅਟੈਕ ਹੋਇਆ ਹਰਿਮੰਦਰ ਸਾਹਿਬ ਤੇ, ਉਦੋਂ ਕੈਪਟਨ ਸਾਹਿਬ ਹੀ ਸੀ ਜਿਨ੍ਹਾਂ ਨੇ ਪਾਰਟੀ 'ਚੋਂ ਅਸਤੀਫਾ ਦਿੱਤਾ, ਤੇ ਬਾਕੀ ਇਹਨਾਂ ਨੇ ਪਾਣੀਆਂ ਤੇ ਸਟੈਂਡ ਲਿਆ, ਉਹ ਵੀ ਆ ਕੁਛ ਨੈਗੇਟਿਵ ਵੀ ਗੱਲਾਂ ਹੈਗੀਆਂ। ਗੁਰਚਰਨ ਕੌਰ ਜੀ, ਦੇਖੋ ਮੈਂ ਕਿਉਂਕਿ ਤੁਸੀਂ 84 ਦੀ ਗੱਲ ਕੀਤੀ ਹੈ, ਮੈਂ ਉਹ 'ਤੇ ਇੱਕ ਟਿੱਪਣੀ ਕਰਨੀ ਚਾਹੁੰਦਾ ਵਾਂ। ਇਹਨਾਂ ਨੇ ਰਿਜ਼ਾਈਨ ਤਾਂ ਕਰਤਾ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ, ਬਾਅਦ ਦੇ ਵਿੱਚ ਕੀ ਚੇਂਜ ਆਈ? ਕੀ ਕਾਂਗਰਸ ਪਾਰਟੀ ਨੇ ਕੋਈ ਮਾਫ਼ੀ ਮੰਗ ਲਈ ਸੀ ਆਪਰੇਸ਼ਨ ਬਲੂ ਸਟਾਰ ਵਾਸਤੇ, ਵੀ ਉਹ ਵਾਕਈ ਉਸੇ ਪਾਰਟੀ 'ਚ ਦੁਬਾਰਾ ਚਲੇ ਗਏ? ਔਰ ਉਸ ਤੋਂ ਬਾਅਦ ਜਦੋਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ, ਤਾਂ ਉਹਨਾਂ ਵੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਇੱਕ ਪੁਲਿਸ ਅੰਦਰ ਭੇਜੀ ਸੀ, ਅਤੇ ਉਦੋਂ ਵੀ ਕੈਪਟਨ ਸਾਹਿਬ ਨੇ ਅਸਤੀਫਾ ਦੇ ਦਿੱਤਾ ਸੀ ਵੀ ਇਹ ਪੁਲਿਸ ਜਿਹੜੀ ਇਹਨਾਂ ਨੂੰ ਨਹੀਂ ਭੇਜਣੀ ਚਾਹੀਦੀ ਸੀ। ਮੈਂ ਬਲੂ ਸਟਾਰ 'ਤੇ ਰਿਜ਼ਾਈਨ ਕੀਤਾ ਸੀ ਔਰ ਇਹਨਾਂ ਵੀ ਉਹੀ ਕੀਤਾ, ਸੋ ਮੈਂ ਫਿਰ ਰਿਜ਼ਾਈਨ ਕਰ ਰਿਹਾ। ਹੁਣ ਉਹੀ ਪਰਿਵਾਰ ਜਿਹੜਾ ਵਾ, ਬਰਨਾਲਾ ਪਰਿਵਾਰ ਜਿਹੜਾ ਵਾ, ਸੁਰਜੀਤ ਸਿੰਘ ਬਰਨਾਲਾ ਜਿਹੜੇ ਆ, ਉਹਨਾਂ ਦੇ ਘਰੋਂ ਜਿਹੜੀ ਹੁਣ ਪ੍ਰਧਾਨ ਹੈ ਉਸ ਪਾਰਟੀ ਦੀ, ਉਹਨਾਂ ਨੂੰ ਕਾਂਗਰਸ ਦੇ ਵਿੱਚ ਲੈ ਲਿਆ। ਸੋ ਕੀ ਚੇਂਜਿਸ ਆਈਆਂ ਵਾਂ ਵੀ ਇਹ ਹੁਣ ਉਸੇ ਪਾਰਟੀ ਦੇ ਵਿੱਚ ਦੁਬਾਰਾ ਚਲੇ ਗਏ? ਸੋ ਮੈਂ ਇਹ ਇੱਕ ਟਿੱਪਣੀ ਜ਼ਰੂਰ ਕਰਨੀ ਚਾਹੁੰਦਾ। ਮੇਰਾ ਖਿਆਲ ਆ ਕਿ ਇਹ ਆਪਣੇ ਜੇ ਸਟੈਂਡ 'ਤੇ ਅੜੇ ਰਹਿੰਦੇ, ਤਾਂ ਇਹਨਾਂ ਨੂੰ ਕਦੀ ਵੀ ਕਾਂਗਰਸ ਪਾਰਟੀ ਦੁਬਾਰਾ ਜੁਆਇਨ ਨਹੀਂ ਸੀ ਕਰਨੀ ਚਾਹੀਦੀ। ਕੀ ਖਿਆਲ ਹੈ ਤੁਹਾਡਾ ਗੁਰਚਰਨ ਕੌਰ ਜੀ? ਹਾਂਜੀ, ਹੁਣ ਤਾਂ ਇਹਨਾਂ ਨੂੰ ਕੁਛ ਨਹੀਂ, ਮੈਨੂੰ ਤਾਂ ਲੱਗਦਾ ਹੁਣ ਇਹ ਕਹਿੰਦੇ ਅਸੀਂ ਲਾਸਟ ਵਾਰ ਚੋਣ ਲੜਨੀ ਆ, ਹੁਣ ਤਾਂ ਇਹਨਾਂ ਨੂੰ ਕੁਰਸੀ ਦੀ ਭੁੱਖਾ ਤੇ ਕੋਈ ਵੀ ਹੱਥ ਕੰਡਾ ਇਹ ਅਪਣਾਉਣੋਂ ਨਹੀਂ ਪਿੱਛੇ ਹਟਦੇ, ਸਭ ਹੱਥ ਕੰਡੇ ਕਿਸੇ ਪਾਰਟੀ ਨਾਲ ਜੋੜ ਕਰਨਾ ਸਭ ਕੁਛ ਕਰ ਰਹੇ ਆ। ਹੁਣ ਤੁਸੀਂ ਦੇਖੋ ਜਦੋਂ ਪਿੱਛੇ ਬਾਈ ਇਲੈਕਸ਼ਨ ਹੋਈ ਆ ਅਕਾਲੀਆਂ ਦੀ ਤਲਵੰਡੀ ਸਾਬੋ ਤੇ ਪਟਿਆਲਾ, ਉਦੋਂ ਕਹਿੰਦੇ ਸੀ ਇਹਨਾਂ ਨੇ ਅਕਾਲੀਆਂ ਨਾਲ ਵੀ ਸਮਝੌਤਾ ਕੀਤਾ ਹੋਇਆ ਸੀ। ਲੋਕੀ ਇਲਜ਼ਾਮ ਤੇ ਲਾਉਂਦੇ ਆ ਜੀ, ਲੋਕੀ ਇਹ ਵੀ ਆਉਂਦੇ ਆ ਵੀ ਭ੍ਰਿਸ਼ਟਾਚਾਰ ਵਰਗੇ ਮਸਲਿਆਂ ਦੇ ਉੱਤੇ ਇਹਨਾਂ ਪਾਰਟੀਆਂ ਦੇ ਆਪਸ ਦੇ ਵਿੱਚ ਰਲੇ ਆ, ਇਹ ਵੀ ਲੋਕੀ ਕਹਿੰਦੇ ਆ। ਖੈਰ, ਇਹਦੇ ਬਾਰੇ ਆਪਾਂ ਨੇ ਕੋਈ ਪੁਖਤਾ ਸਬੂਤ ਨਹੀਂ ਹੈ। ਤੁਸੀਂ ਦੇਖੋ ਕਿਤੇ ਵੀ ਜਾਣ, ਇਹ ਆਮ ਆਦਮੀ ਪਾਰਟੀ ਦੀ ਵੱਧ ਚਰਚਾ ਕਰਦੇ ਆ, ਅਕਾਲੀ ਪਾਰਟੀ ਦੀ ਘੱਟ, ਤੇ ਪਿੱਛੇ ਵੀ 8-9 ਸਾਲ ਤੋਂ ਇਹਨਾਂ ਨੇ ਕੋਈ ਬਹੁਤਾ ਵਿਰੋਧੀ ਧਿਰ ਦੇ ਵਜੋਂ ਸਟੈਂਡ ਨਹੀਂ ਲਿਆ। ਬਾਜਵਾ ਸਾਹਿਬ ਇਕੱਲੇ ਬੋਲਦੇ ਰਹੇ, ਇਹ ਉਹਨਾਂ ਦੇ ਨਾਲ ਖੜੇ ਨਹੀਂ। ਬਿਲਕੁਲ ਸਹੀ ਕਿਹਾ ਗੁਰਚਰਨ ਕੌਰ ਜੀ। ਬਾਜਵਾ, ਪ੍ਰਤਾਪ ਬਾਜਵਾ CBI ਡਿਮਾਂਡ ਕਰਦੇ ਡਰੱਗਸ ਦੇ ਮਸਲੇ ਦੇ ਉੱਤੇ। ਇਨਫੈਕਟ ਜੇ ਕੋਈ ਬੋਲਦਾ ਸੀ ਤਾਂ ਉਹ ਸੁਖਪਾਲ ਖਹਿਰਾ, ਜਿਹੜਾ ਕਾਂਗਰਸ ਦਾ ਸਪੋਕਸਮੈਨ ਸੀ, ਉਹ ਬੋਲਦਾ ਸੀ, ਜਿਹੜੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਿੱਚ ਆ। ਹੁਣ ਸਮਾਂ ਖਤਮ ਹੋ ਰਿਹਾ, ਹੁਣ ਆਪਾਂ ਕੱਲ੍ਹ ਮਿਲਾਂਗੇ। ਕੱਲ੍ਹ ਆਪਾਂ ਇੱਕ ਵਾਰ ਫਿਰ ਗੱਲ ਕਰਾਂਗੇ ਭ੍ਰਿਸ਼ਟਾਚਾਰ ਦੀ। ਮੁਲਕ ਦੇ ਵਿਜੇ ਮਾਲਿਆ ਵਰਗੇ ਜਿਹੜੇ ਉਦਯੋਗਪਤੀ ਆ, ਵਿਜੇ ਮਾਲਿਆ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ, ਉਹਦੇ ਵਰਗੇ ਜਿਹੜੇ ਉਦਯੋਗਪਤੀ ਆ, ਉਹ ਵੱਡੇ ਪੱਧਰ 'ਤੇ ਗਬਨ ਕਰਕੇ ਫਰਾਰ ਹੋ ਗਏ। ਪੁਰਾਣੇ ਗਬਨ ਦੇ ਕੇਸਾਂ 'ਚ ਇੱਕ ਦੋ ਨੂੰ ਛੱਡ ਕੇ, ਜਿਵੇਂ ਚੌਟਾਲਾ ਪਰਿਵਾਰ ਆ, ਇੱਕ ਦੋ ਨੂੰ ਛੱਡ ਕੇ ਕਿਸੇ ਵੱਡੇ ਸਿਆਸੀ ਲੀਡਰ ਨੂੰ ਜੇਲ੍ਹ ਨਹੀਂ ਹੋਈ, ਜੇਲ੍ਹ ਨਹੀਂ ਉਹਨਾਂ ਨੂੰ ਜਾਣਾ ਪਿਆ। ਹਾਲਾਂਕਿ ਔਰ ਨਾਲ ਨਾਲ ਉਹਨਾਂ ਦੇ ਖਿਲਾਫ਼ ਬੜਾ ਸਬੂਤ ਰਿਹਾ ਵਾ, ਫਿਰ ਹੀ ਕਿਸੇ ਨੂੰ ਜੇਲ੍ਹ ਨਹੀਂ ਹੋਈ। ਨਵੇਂ ਗਬਨ ਦੇ ਕੇਸ ਵੀ ਆਪਣੇ ਸਾਹਮਣੇ ਆ ਰਹੇ ਆ। ਪਿੱਛੇ ਜੇ ਇੱਕ ਬੜੇ ਵੱਡੇ ਪੱਧਰ 'ਤੇ ਪੰਜਾਬ 'ਚ ਅਨਾਜ ਦੇ ਗਬਨ ਦੀਆਂ ਖਬਰਾਂ ਆਈਆਂ ਸਨ। ਹੋਰ ਤੇ ਹੋਰ RBI ਰਿਜ਼ਰਵ ਬੈਂਕ ਆਫ ਇੰਡੀਆ, ਜਿਹੜੀ ਸਾਨੂੰ ਫਾਈਨੈਂਸ਼ੀਅਲ ਸੇਧ ਦਿੰਦੀ ਆ, ਉਹਨਾਂ ਵੱਲੋਂ ਇਹ ਪੁਆਇੰਟ ਆਊਟ ਕੀਤਾ ਗਿਆ ਵੀ ਇੱਥੇ 1,00,000 ਕਰੋੜ ਦਾ ਗਬਨ ਹੋਇਆ। ਇਹ ਸਭ ਕੁਝ ਕਿਉਂ ਹੋ ਰਿਹਾ, ਇਸ ਬਾਰੇ ਆਪਾਂ ਕੱਲ੍ਹ ਗੱਲ ਕਰਾਂਗੇ। ਸੋ ਅੱਜ ਇੰਨਾ ਹੀ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।